ਅਤੇ ਛੇਵੇਂ ਪਾਤਸ਼ਾਹ ਨੇ ਫਿਰ ਕੀ ਕਿਹਾ ਸੀਗਾ, ਕਈ ਕਹਿੰਦੇ ਆ ਵੀ ਹਾਂ ਬਈ ਬਦਲੇ ਦੀ ਭਾਵਨਾ ਸਿੱਖ ਦੇ ਵਿੱਚ ਨਹੀਂ ਹੋਣੀ ਚਾਹੀਦੀ। ਛੇਵੇਂ ਪਾਤਸ਼ਾਹ ਨੇ ਜਦੋਂ ਬੇਨਤੀ ਕੀਤੀ, ਮਹਾਰਾਜ ਸਾਹਿਬ ਕਹਿੰਦੇ ਮੈਂ ਖੁਸਰੇ ਦਾ ਪੁੱਤ ਨਹੀਂ, ਮੈਂ ਮਰਦ ਦਾ ਪੁੱਤ ਹਾਂ, ਗਿਣ ਗਿਣ ਕੇ ਬਦਲਾ ਲਵਾਂਗੇ। ਚੰਦੂ ਦੇ ਨੱਕ ਦੇ ਵਿੱਚ ਨਕੇਲ ਪਾ ਕੇ ਬਾਜ਼ਾਰਾਂ ਦੇ ਵਿੱਚ ਫੇਰਿਆ ਕਿ ਨਹੀਂ ਫੇਰਿਆ? ਸਮਾਂ ਆਉਣ 'ਤੇ ਜਿਹੜੀ ਵੀ ਆਪਣਾ ਜ਼ਾਲਮ ਸਰਕਾਰ ਵਾਧਾ ਕਰਦੀ ਆ ਉਹਦੇ ਨਾਲ ਗਿਣ ਬਿਣ ਕੇ ਹਿਸਾਬ ਕੀਤਾ ਜਾਊਗਾ। ਧਾਰਮਿਕ ਮੀਟਰ ਦੇ ਨਾਲ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਸੋਝੀ ਹੋਣੀ ਚਾਹੀਦੀ ਆ। ਸੋ ਆਓ ਹੁਣ ਬਣੇ ਹੋਏ ਪ੍ਰੋਗਰਾਮ ਅਨੁਸਾਰ ਭਾਈ ਈਸ਼ਰ ਸਿੰਘ ਜੀ ਬੁੰਗਾ ਮਸਤੂਆ ਨਾਲ ਦਮਦਮਾ ਸਾਹਿਬ, ਸੰਤ ਅਤਰ ਸਿੰਘ ਜੀ ਵਿਦਿਆਲੇ ਦੇ ਵਿਦਿਆਰਥੀ ਜੋ ਉਹਨਾਂ ਨੂੰ ਉੱਥੇ ਬੱਚਿਆਂ ਨੂੰ ਸਿੱਖਿਆ ਦਿੰਦੇ, ਉਹਨਾਂ ਪਾਸੋਂ ਆਪਾਂ ਗੁਰਮਤਿ ਦੇ ਵਿਚਾਰ ਸਰਵਣ ਕਰੀਏ। ਬੋਲਦਿਆਂ ਕੋਲੋਂ ਕੋਈ ਵੱਧ ਘੱਟ ਲਫ਼ਜ਼ ਬੋਲਿਆ ਗਿਆ ਹੋਵੇ, ਮਹਾਰਾਜ ਸਾਹਿਬ ਦੀ ਹਜ਼ੂਰੀ ਵਿੱਚ ਸੰਗਤ ਬਖਸ਼ਣ ਯੋਗ ਆ, ਗੁਰੂ ਸਾਹਿਬ ਬਖਸ਼ਣ ਯੋਗ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜੇਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਣ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਮਲਾਰ ਛੰਤ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਨਾ ਬੀਸਰੈ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ ਜਨ ਸੰਗ ਰਾਤੇ ਦਿਨ ਸਰਾਤੇ ਇੱਕ ਨਿਮਖ ਮਨੋ ਨਾ ਵਿਸਰੈ ਗੋਪਾਲ ਗੁਣ ਨਿਧ ਸਦਾ ਸੰਗੇ ਸਰਬ ਗੁਣ ਜਗਦੀਸਰੈ ਮਨ ਮੋਹ ਲੀਨਾ ਚਰਨ ਸੰਗੇ ਨਾਮ ਰਸ ਜਨ ਮਾਤੇ ਨਾਨਕ ਪ੍ਰੀਤਮ ਕਿਰਪਾਲ ਸਦਹੂੰ ਕਿਨੈ ਕੋਟ ਮਦੇ ਜਾਤੇ ਨਾਨਕ ਪ੍ਰੀਤਮ ਕਿਰਪਾਲ ਸਦਹੂੰ ਕਿਨੈ ਕੋਟ ਮਦੇ ਜਾਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਪ੍ਰਸਾਦ ਸੰਗਤ ਜੀ ਬਹੁਤ ਹੀ ਵੱਡੇ ਭਾਗਾਂ ਵਾਲੇ ਹਾਂ ਆਪਾਂ ਸਾਰੇ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਮਾਲਕ ਨੇ ਆਪਾਂ ਨੂੰ ਇੱਕ ਜੀਵਨ ਦਾ ਹੋਰ ਸਮੇਂ ਦਿੱਤਾ ਹੈ ਆਪਣੇ ਚਰਨਾਂ ਵਿੱਚ ਜੁੜ ਬੈਠਣ ਦਾ। ਭਾਈ ਦਾਸ ਅੱਜ ਕਥਾ ਆਰੰਭ ਕਰ ਰਿਹਾ, ਮਲਾਰ ਰਾਗ ਦੇ ਸ਼ਬਦ ਚੱਲ ਰਹੇ ਨੇ, ਛੰਤ ਨੇ, ਇਸ ਤੋਂ ਬਾਅਦ ਧੁਨਾਂ ਚੱਲਣੀਆਂ ਨੇ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 22-12 ਨੇ ਅਤੇ 9 ਧੁਨਾਂ ਨੇ ਅਤੇ ਮਹਾਰਾਜ ਦੀਆਂ
ਹੁਣ ਛੰਤ ਦੀ ਅਵਸਥਾ ਦੇ ਸ਼ਬਦ ਨੇ ਚਾਰ ਛੰਤ ਆਉਣਗੇ ਇਸ ਸ਼ਬਦ ਵਿੱਚ। ਸਤਿਗੁਰ ਸੱਚੇ ਪਾਤਸ਼ਾਹ ਚਾਰ ਅਵਸਥਾਵਾਂ ਦੇ ਸ਼ਬਦ ਦੱਸਦੇ ਨੇ ਭਾਈ, ਯਾਦ ਰੱਖਣਾ। ਗੁਰੂ ਗ੍ਰੰਥ ਸਾਹਿਬ ਵਿੱਚ ਛੰਤਾਂ ਦੇ ਜਿੱਥੇ ਜਿੱਥੇ ਵੀ ਭਾਗ ਆਉਂਦੇ ਨੇ, ਚਾਰ ਅਵਸਥਾਵਾਂ ਆਮ ਸੰਸਾਰ ਦੇ ਵਿੱਚ ਜਦੋਂ ਇਨਸਾਨ ਵਿਚਰਦਾ ਤਾਂ ਜੀਵਨ ਦੀ ਉਹਦੀ ਅਵਸਥਾ ਪੂਰੀ ਹੁੰਦੀ ਹੈ। ਤਿੰਨ ਅਵਸਥਾ ਵਿੱਚ ਆਮ ਦੁਨੀਆ ਵਰਤਦੀ ਹੈ, ਤ੍ਰੈ ਗੁਣ ਵਰਤੇ ਸਗਲ ਸੰਸਾਰ, ਸਾਰੀ ਸ੍ਰਿਸ਼ਟੀ ਤਿੰਨਾਂ ਗੁਣਾਂ ਵਿੱਚ ਆਮ ਵਰਤਦੀ ਹੈ। ਅਤੇ ਜਿਹੜਾ ਗੁਰਮੁਖ ਹੁੰਦਾ ਹੈ, ਗੁਰਮੁਖ ਚੌਥਾ ਪਦ ਪਾਏ, ਗੁਰਮੁਖ ਚੌਥੀ ਅਵਸਥਾ ਨੂੰ ਪ੍ਰਾਪਤ ਹੁੰਦਾ। ਅਤੇ ਛੰਤਾਂ ਰਾਹੀਂ ਚਾਰੋਂ ਅਵਸਥਾਵਾਂ ਦੱਸੀਆਂ ਜਾਂਦੀਆਂ ਨੇ, ਯਾਦ ਰੱਖਣਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਪੁੰਜ ਬਾਣੀ ਕੇ ਬੋਹਿਤ। ਜੀਵਨ ਦੇ ਵਿੱਚ ਆ ਹੁਣੇ ਹੁਣ ਸਮੇਂ ਲੰਘਿਆ, ਸ਼ਹੀਦੀ ਪੁਰਬ ਲੰਘਿਆ ਸੀ ਪਿੱਛੇ, ਅਤੇ ਫਿਰ ਛੇਵੇਂ ਪਾਤਸ਼ਾਹ ਦੀ ਗੁਰਤਾ ਗੱਦੀ ਪ੍ਰਧਾਨ ਹੋਈ ਹੈ। ਕਦੇ ਖਿਆਲ ਕਰੋ ਕਿ ਇੱਕ ਐਸੀ ਇਹ ਅਵਸਥਾ ਹੈ ਕਿ ਜਿੰਨੇ ਆਪਾਂ ਮਨੁੱਖ ਬੈਠੇ ਹਾਂ ਸਿੱਖ ਬਣਨ ਵਾਸਤੇ, ਸਿੱਖ ਦਾ ਅਰਥ ਹੈ ਕਿ ਸਿੱਖਿਆ ਲੈਣ ਵਾਸਤੇ ਜਿਹੜੇ ਆਉਂਦੇ ਹਾਂ, ਜਿਹਨੂੰ ਆਪਾਂ ਸਿੱਖ ਕਹਿੰਦੇ ਹਾਂ, ਸਿੱਖ ਸਿੱਖਿਆ, ਸਿੱਖ ਸਿੱਖੀ ਕਮਾਉਂਦਾ। ਪਹਿਲਾਂ ਇਸ ਗੱਲ ਨੂੰ ਥੋੜ੍ਹਾ ਜਿਹਾ ਵਿਚਾਰ ਕਰ ਲਿਓ, ਸਿੱਖ ਸਿੱਖੀ ਕਮਾਉਂਦਾ। ਉਹਦਾ ਅਰਥ ਹੈ ਕਿ ਸਿੱਖ ਅੱਜ ਜਿਹੜੀ ਗੱਲ ਸਿੱਖੂਗਾ ਗੁਰੂ ਜੀ ਤੋਂ, ਉਹ ਸਿੱਖੀ ਹੋਈ ਗੱਲ ਨੂੰ ਕਮਾਏਗਾ, ਯਾਦ ਰੱਖਣਾ। ਅਸੀਂ ਰੋਜ਼ ਗੁਰੂ ਜੀ ਦੇ ਕੋਲੋਂ ਆ ਕੇ ਇੱਕ ਨਿੱਤ ਨਵੀਂ ਗੱਲ ਸੁਣਦੇ ਹਾਂ, ਧਿਆਨ ਰੱਖਣਾ। ਸਾਹਿਬ ਮੇਰਾ ਨੀਤ ਨਵਾ, ਤੁਸੀਂ ਜਪਜੀਤ ਸਾਹਿਬ ਜੇ ਰੋਜ਼ ਵੀ ਪੜੋਂਗੇ ਨਾ ਜੀ, ਇੱਕ ਨਵੇਂ ਪੜਾਅ 'ਤੇ ਹੋਵੋਗੇ, ਨਵੇਂ ਪੜਾਅ 'ਤੇ। ਬੜੇ ਬੜੇ ਮਹਾਂਪੁਰਸ਼ਾਂ ਨੇ ਕਈ ਅਰਥ ਕੀਤੇ ਨੇ, ਕਈ ਵਾਰ ਕੀਤੇ ਨੇ, ਤਾਂ ਵੀ ਕਰਨ ਤੋਂ ਬਾਅਦ ਅਖੀਰ 'ਚ ਇਹੀ ਕਹਿੰਦੇ ਨੇ ਕਿ ਹਾਲੇ ਸਾਥੋਂ ਪੂਰੇ ਨਹੀਂ ਹੋਏ, ਭਾਈ ਨਹੀਂ ਹੋਏ, ਹਾਲੇ ਹੋਰ ਰਹਿੰਦਾ। ਰੋਜ਼ ਪੜ੍ਹਦੇ ਨੇ ਫਿਰ ਕਹਿੰਦੇ ਹਾਲੇ ਹੋਰ ਰਹਿੰਦਾ। ਰੱਬ ਦਾ ਕੋਈ ਅੰਤ ਨਹੀਂ ਪਾ ਸਕਦਾ ਜੀ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ ਬੇਅੰਤ। ਹੁਣ ਇਹਨੂੰ ਇਉਂ ਵਿਚਾਰੋ ਕਿ ਜਿੰਨੇ ਆਪਾਂ ਬੈਠੇ ਹਾਂ, ਚਾਹੇ ਔਰਤ ਬੈਠੀ ਹੈ ਚਾਹੇ ਮਰਦ ਬੈਠੇ, ਮਹਾਰਾਜ ਦੀ ਬਾਣੀ ਸੁਣਿਓ ਕਿ ਏਤੇ ਔਰਤ ਮਰਦਾਂ ਸਾਜੇ ਇਹ ਸਭ ਰੂਪ ਤੁਮਾਰੇ, ਆਖੋ ਸਤਨਾਮ। ਇਹ ਗੱਲ ਯਾਦ ਰੱਖਿਓ ਕਿ ਜਿੰਨੇ ਆਪਾਂ ਇੱਥੇ ਸਰੀਰ ਬੈਠੇ ਹਾਂ ਸੰਸਾਰ ਦੇ ਵਿੱਚ, ਇਸ ਵੇਲੇ ਜਿਹੜੇ ਦਰਬਾਰ 'ਚ ਬੈਠੇ, ਇਹੀ ਨਹੀਂ ਸੰਸਾਰ ਵਿੱਚ ਜਿਤਨੇ ਸਰੀਰ ਆਏ ਨੇ, ਚਾਹੇ ਔਰਤ ਰੂਪ 'ਚ ਨੇ ਚਾਹੇ ਮਰਦ ਰੂਪ 'ਚ ਨੇ, ਹਰ ਬੰਦੇ ਨੂੰ ਇਹ ਹੁਕਮ ਹੈ ਕਿ ਹਰ ਬੰਦੇ ਵਿੱਚ ਰੱਬ ਨੂੰ ਦੇਖੋ। ਇਹ ਹੁਕਮ ਹੈ, ਜਹ ਜਹ ਵੇਖੋ ਤਹ ਹਜ਼ੂਰ, ਦੂਰ ਕਤਹੋਂ ਨਾ ਜਾਈ ਰੱਬ ਰਿਹਾ, ਸਰਬੱਤਰ ਮੈਂ ਮਨ ਸਦਾ ਧਿਆਈ। ਇਹ ਅੱਜ ਆਪਾਂ ਇੱਕ ਦਿਮਾਗ 'ਤੇ ਬਿਠਾਇਓ ਕਿ ਆਪਾਂ ਜਿੰਨੇ ਦਿਨ ਹੁਣ 15 ਦਿਨ ਨੇ ਆਪਣੇ ਕੋਲ ਕਥਾ ਦੇ, ਇਸ ਵਿਚਾਰ ਦੇ ਵਿੱਚ ਰਹਿ ਕੇ ਬੋਲਾਂਗੇ ਕਿ ਜੋ ਦਿਸੈ ਸੋ ਤੇਰਾ ਰੂਪ। ਫਿਰ ਕਹਿ ਦੇ ਇੱਕ ਵਾਰ ਸਾਰੇ, ਜੋ ਦਿਸੈ ਸੋ ਤੇਰਾ ਰੂਪ। ਹੁਣ ਇਹਦਾ ਅਰਥ ਇਹ ਹੋਇਆ ਕਿ ਜਿੰਨੇ ਆਪਾਂ ਸਰੀਰ ਬੈਠੇ ਹਾਂ ਸੰਸਾਰ ਦੇ ਵਿੱਚ, ਇਹ ਬਹੁਤ ਵੱਡੇ ਭਾਗਾਂ ਵਾਲੇ ਜਿਹੜੇ ਗੁਰੂ ਘਰ ਬੈਠੇ ਹਾਂ, ਕਿ ਆਪਾਂ ਜਿਸ ਵੇਲੇ ਆਪਣਾ ਚਿਹਰਾ ਦੇਖਾਂਗੇ ਨਾ ਸੰਸਾਰ ਦਾ, ਆਪਣਾ ਚਿਹਰਾ ਸ਼ੀਸ਼ੇ ਵਿੱਚ, ਇਹ ਦੇਖਣਾ ਆਪਾਂ ਨੇ ਰੋਜ਼ ਅੰਮ੍ਰਿਤ ਵੇਲੇ ਕਿ ਰੂਪ ਆਪਣਾ ਕਿ ਰੱਬ ਦਾ, ਆਖੋ ਸਤਨਾਮ। ਤੁਹਾਡਾ ਮਨ ਕੀ ਕਹਿੰਦਾ? ਜੇ ਤਾਂ ਕਹਿੰਦਾ ਮੇਰਾ ਰੂਪ ਹੈ, ਹਾਲੇ ਉਹਨੂੰ ਹੋਰ ਸਿੱਖਣ ਦੀ ਲੋੜ ਹੈ। ਜੇ ਤਾਂ ਮਨ ਇਹ ਕਹਿੰਦਾ ਮੈਂ ਬਹੁਤ ਚੰਗਾ ਲੱਗਦਾ, ਹਾਲੇ ਉਹਨੂੰ ਹਾਲੇ ਗਿਆਨ ਲੈਣ ਦੀ ਹੋਰ ਲੋੜ ਹੈ। ਜੇ ਤਾਂ ਮਨ ਚਿਹਰਾ ਦੇਖਣ ਸਾਰ ਕਹਿੰਦਾ ਵਾਹ ਮੇਰੇ ਮਾਲਕ ਤੇਰਾ ਚਿਹਰਾ ਬਹੁਤ ਸੁੰਦਰ ਹੈ, ਬਹੁਤ ਸੁੰਦਰ, ਤਾਂ ਸਮਝੋ ਸਿੱਖ ਨੂੰ ਇਹ ਗੱਲ ਸਮਝ ਆ ਗਈ ਕਿ ਕਬੀਰ ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਨਾ, ਜੋ ਕੁਛ ਵਿੱਚ ਆਪਣਾ ਤੁਹਾਡਾ ਚਿਹਰਾ ਆ ਗਿਆ ਨਾ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਇਹ ਇੱਕ ਆਪਣਾ ਮੁੱਢ ਬਣ ਰਿਹਾ ਸ਼ਬਦ ਦੇ ਕਥਾ ਤੋਂ ਆਰੰਭ ਪਹਿਲਾਂ, ਤਾਂ ਕਿ ਆਪਾਂ ਇਸ ਦਾਇਰੇ ਵਿੱਚ ਰਹਿ ਕੇ ਸ਼ਬਦ ਨੂੰ ਬੋਲਾਂਗੇ, ਕਿਉਂਕਿ ਸਾਨੂੰ ਪਹਿਲਾਂ ਇੱਕ ਦਾਇਰਾ ਬਣਨਾ ਪੈਣਾ, ਨਹੀਂ ਤਾਂ ਆਪਾਂ ਸ਼ਬਦ ਦੇ ਅਰਥ ਇਤਨੇ ਕਰਦੇ ਹਾਂ ਆਪਣੇ ਘਰ ਨਹੀਂ ਆਉਂਦਾ ਮਨ। ਫਿਰ ਦੂਜੀ ਗੱਲ ਯਾਦ ਰੱਖਿਓ ਕਿ ਜਿੰਨੇ ਆਪਾਂ ਬੈਠੇ ਹਾਂ, ਆ ਪੰਗਤੀ ਪੜ੍ਹਿਓ ਵਾਰ ਵਾਰ,
ਮੋਇਆਂ ਜਿੱਤ ਕਰ ਜਾਈਏ ਤਿਤ ਜੀਵਦਿਆਂ ਮਰ ਮਾਰ, ਜਿੱਥੇ ਮਰ ਕੇ ਜਾਵਾਂਗੇ ਨਾ ਜੀ ਆਪਾਂ, ਉੱਥੇ ਜਿਉਂਦੇ ਮਰ ਜਿਓ। ਆਖੋ ਸਤਨਾਮ, ਉੱਥੇ ਜਿਉਂਦੇ ਮਰ ਜਿਓ। ਉਹਦਾ ਅਰਥ ਸਮਝ ਰਹੇ ਹਾਂ ਕਿ ਰਾਤ ਨੂੰ ਜਿੱਥੇ ਆਪਾਂ ਸੌਂਦੇ ਉੱਥੇ ਰਾਤ ਨੂੰ ਮਰ ਜਾਂਦੇ ਹਾਂ। ਇੱਕ ਦਿਨ ਸੋਵਨ ਹੋਏਗਾ ਲਾਂਬੇ ਗੋੜ ਪਸਾਰ, ਰੋਜ਼ ਦਾ ਸੌਣਾ ਇੱਕ ਦਿਨ ਦਾ, ਇੱਕ ਜੀਵਨ ਦਾ ਮਰਨਾ ਹੈ, ਯਾਦ ਰੱਖਣਾ ਹੈ। ਕੁਛ ਜੀਵਨ ਦਾ ਅਭਿਆਸ ਸੱਚੇ ਪਾਤਸ਼ਾਹ ਸਾਨੂੰ ਰੋਜ਼ ਦਿੰਦੇ ਨੇ, ਰੋਜ਼ ਕਿ ਜਦੋਂ ਆਪਾਂ ਰਾਤ ਨੂੰ ਸੌਂਦੇ ਹਾਂ, ਸਾਰੇ ਜਣੇ ਆਪਣੇ ਆਪਣੇ ਮਨ ਦੀ ਅਵਸਥਾ ਦੇਖਿਓ, ਕਿੱਥੇ ਜਾ ਕੇ ਸੌਂਦੇ ਹੋ ਜਿੱਥੇ ਤੁਹਾਡੇ ਖਿਆਲ ਬੰਦ ਹੋ ਜਾਂਦੇ ਨੇ। ਜੇ ਖਿਆਲ ਚੱਲ ਰਹੇ ਨੇ ਤਾਂ ਨੀਂਦ ਨਹੀਂ ਆਉਂਦੀ, ਉਹ ਦਿਨ ਔਖਾ ਨਿਕਲਦਾ। ਜਿਹੜਾ ਬੰਦਾ ਰਾਤ ਨੂੰ ਸੁਪਨੇ ਦੇਖਦਾ ਉਹਦਾ ਫਿਰ ਦਿਨੇ ਬਹੁਤ ਔਖਾ ਹੁੰਦਾ। ਜਿਹੜਾ ਬੰਦਾ ਰਾਤ ਨੂੰ ਗਹਿਰੀ ਨੀਂਦ 'ਚ ਸੌਂ ਜਾਂਦਾ ਨਾ ਜੀ, ਉਹ ਫਿਰ ਜਿਸ ਵੇਲੇ ਉੱਠਦਾ ਫਰੈਸ਼ ਰਹਿੰਦਾ, ਫਰੈਸ਼ ਰਹਿੰਦਾ, ਸਵੇਰੇ ਉੱਠਦਾ ਅਤੇ ਉਹਨੂੰ ਆਰਾਮ ਮਿਲਦਾ। ਬਸ ਸਿੱਖ ਨੇ ਆਹ ਗੱਲ ਸਮਝਣੀ ਹੈ ਕਿ ਜਿੱਥੇ ਰਾਤ ਨੂੰ ਜਾ ਕੇ ਸੁੱਤਾ ਸੀ ਨਾ ਜੀ ਅੰਦਰ, ਉੱਥੇ ਸਵੇਰੇ ਉੱਠ ਕੇ ਜਾ ਕੇ ਅੰਦਰ ਜਾਣਾ। ਆਖੋ ਸਤਨਾਮ, ਇੰਨੀ ਗੱਲ ਯਾਦ ਰੱਖਿਓ ਕਿ ਜਿੱਥੇ ਰਾਤ ਨੂੰ ਆਪਾਂ ਸੁੱਤੇ ਸੀ, ਜਿੱਥੇ ਸੌਂ ਕੇ ਆਪਾਂ ਨੂੰ ਰਾਤ ਨੂੰ ਸਰੀਰ ਖੁੱਲ੍ਹਿਆ, ਸਰੀਰ ਨਿਖਰ ਕੇ ਆਇਆ, ਉੱਥੇ ਆਪਾਂ ਨਹੀਂ ਸੀ ਫਿਰ। ਜਬ ਹਮ ਹੋਤੇ, ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਜਿੱਥੇ ਆਪਾਂ ਰਾਤ ਨੂੰ ਸੌਂ ਕੇ ਨਹੀਂ ਨਾ ਸੀ, ਉੱਥੇ ਜਾ ਕੇ ਆਪਾਂ ਨਹੀਂ ਹੋਣੇ ਚਾਹੀਦੇ। ਆਖੋ ਸਤਨਾਮ, ਗੱਲ ਸਮਝ ਆਈ ਜੀ ਕਿ ਜਿੱਥੇ ਸਵੇਰੇ ਉੱਠ ਕੇ ਤੁਸੀਂ ਉੱਥੇ ਚਲੇ ਜਾਓ ਜਿੱਥੇ ਰਾਤ ਨੂੰ ਸੌਂ ਕੇ ਗਏ ਸੀ, ਅਤੇ ਸਮਝੋ ਤੁਸੀਂ ਸਿੱਖ ਬਣਨ ਦੇ ਬਣਦੇ ਬਣਦੇ ਰੱਬ ਦਾ ਰੂਪ ਹੋ ਜਾਓਗੇ। ਆਖੋ ਸਤਨਾਮ। ਹੁਣ ਉੱਥੇ ਕਿਵੇਂ ਜਾਣਾ ਅੰਦਰ, ਉੱਥੇ ਜਿੱਥੇ ਰਾਤ ਨੂੰ ਸੌਂ ਕੇ ਸੁੱਤੇ ਗਏ ਸੀ, ਉੱਥੇ ਜਾ ਕੇ ਕਿਵੇਂ ਜਾਣਾ, ਇੱਕ ਸ਼ਬਦ ਦਾ ਸਹਾਰਾ ਕਿਵੇਂ ਲਈਦਾ। ਆਖੋ ਸਤਨਾਮ। ਅੰਦਰ ਜਾਣ ਦਾ ਰਾਸਤਾ ਸਵਾਏ ਸ਼ਬਦ ਦੇ ਕੋਈ ਦੂਜਾ ਨਹੀਂ ਹੈ ਜੀ, ਯਾਦ ਰੱਖਿਓ। ਜੇ ਤੁਸੀਂ ਮਾੜੀ ਗੱਲ ਸੁਣਦੇ ਹੋ ਤਾਂ ਮਾੜੇ ਘਰ ਚਲੇ ਜਾਓਗੇ, ਜੇ ਚੰਗੀ ਗੱਲ ਸੁਣੋਗੇ ਤਾਂ ਚੰਗੇ ਘਰ ਚਲੇ ਜਾਓਗੇ, ਜੇ ਡਾਕਟਰੀ ਦੀ ਗੱਲ ਸੁਣੋਗੇ ਤਾਂ ਡਾਕਟਰ ਦੇ ਘਰ ਅੰਦਰ ਬਣ ਜਾਓ, ਡਾਕਟਰ ਬਣ ਜਾਓਗੇ। ਜੇ ਇੰਜੀਨੀਅਰਿੰਗ ਦੇ ਸ਼ਬਦ ਸੁਣੋਗੇ ਤੁਸੀਂ ਇੰਜੀਨੀਅਰ ਬਣ ਜਾਓਗੇ, ਜੇ ਜਰਮਨ ਸੁਣੋਗੇ ਤਾਂ ਜਰਮਨ ਬੋਲਣ ਲੱਗ ਜਾਓਗੇ, ਜਿਹੜਾ ਰੱਬ ਦੀ ਗੱਲ ਸੁਣੇਗਾ ਰੱਬ ਵਰਗਾ ਹੋ ਜਾਊਗਾ। ਆਖੋ ਸਤਨਾਮ। ਹਰ ਜਣ ਐਸਾ ਚਾਹੀਏ ਜੈਸਾ ਹਰ ਹੀ ਹੋਏ, ਜਿਹਨੂੰ ਐਸਾ ਟੱਟ ਬੈਠੇ ਰੱਬ ਦਾ ਫਿਰ ਨਾਮ ਨਹੀਂ ਨਾ ਵਿਸਰੇਗਾ। ਸਵੇਰੇ ਸ਼ਬਦ ਰਾਹੀਂ ਜਿੱਥੇ ਜਾਊਗਾ ਅੰਦਰ ਅਤੇ ਕੰਮ ਕਰਦਿਆਂ ਹੈ ਉੱਥੇ ਟਿਕਿਆ ਰਹੂਗਾ, ਹਾਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਉੱਥੇ ਟਿਕਿਆ ਰਹੂਗਾ ਨਾ ਜਿੱਥੇ, ਉੱਥੇ ਫਿਰ ਮਹਾਰਾਜ ਕਹਿਣਗੇ ਭਾਈ ਇਹ ਸਿੱਖ ਕਹਿੰਦੇ ਜਿੰਨਾ ਨਾ ਵਿਸਰੇ ਨਾਮ ਸੇ ਕਨੇਹਿਆ, ਜਿਹਨੂੰ ਐਸਾ ਘੱਟ ਬੈਠੇ ਰੱਬ ਦਾ ਨਾਮ ਨਹੀਂ ਵਿਸਰੂਗਾ ਉਹ ਕੈਸਾ ਹੋਏਗਾ। ਕਹਿੰਦੇ ਭੇਦ ਨਾ ਜਾਣੋ ਮੂਲ ਸਾਈਂ ਜਿਹੇ। ਆਖੋ ਸਤਨਾਮ। ਰੱਤੀ ਮਾਤਰ ਵੀ ਸ਼ੰਕਾ ਨਾ ਕਰਿਓ, ਉਹ ਰੱਬ ਵਰਗਾ ਆਪ ਹੋਏਗਾ ਭਾਈ। ਆਖੋ ਸਤਨਾਮ। ਜਿੰਨਾ ਨਾ ਵਿਸਰੇਗਾ, ਚਾਹੇ ਕੋਈ ਹੋਵੇ, ਚਾਹੇ ਮੇਰਾ ਪੁੱਤਰ ਕਿਉਂ ਨਾ ਹੋਵੇ, ਮੇਰਾ ਨੌਕਰ ਕਿਉਂ ਨਾ ਹੋਵੇ, ਜਿਹਨੂੰ ਰੱਬ ਹਮੇਸ਼ਾ ਚੇਤੇ ਰਹਿ ਗਿਆ, ਰੱਬ ਦੀ ਕਿਰਪਾ ਹੋ ਗਈ ਉਹ 'ਤੇ, ਗੁਰੂ ਦੀ ਗੱਲ ਉਹਨੇ ਮਨ 'ਚ ਵਸਾ ਕੇ ਮੰਨ ਲਈ, ਉਹ ਜਿਉਂਦਾ ਮੁਕਤ ਹੋ ਗਿਆ ਭਾਈ। ਆਖੋ ਸਤਨਾਮ। ਸੋ ਆਓ ਇਸ ਦਾਇਰੇ ਵਿੱਚ ਰਹਿ ਕੇ ਆਪਾਂ ਨੇ ਕਥਾ ਕਰਨੀ ਹੈ, ਇਸ ਦਾਇਰੇ ਦਾ ਵਿਕਾਸ ਆਪਣੇ ਅੰਦਰ ਹੋਣਾ, ਅਤੇ ਹਰ ਬੰਦੇ ਨੇ ਰੱਬ ਵਰਗਾ ਹੋਣਾ ਯਾਦ ਰੱਖਣਾ, ਚਾਹੇ ਉਹ ਔਰਤ ਹੈ ਚਾਹੇ ਉਹ ਮਰਦ ਹੈ। ਇਹ ਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ। ਆਓ ਸ਼ਬਦ ਦੀ ਵਿਆਖਿਆ ਆਰੰਭ ਕਰ ਰਹੇ ਹਾਂ। ਇਸ ਦਾਇਰੇ ਨੂੰ ਭੁੱਲਣਾ ਨਹੀਂ, ਤੁਸੀਂ ਫਿਰ ਤੁਸੀਂ ਨਹੀਂ ਰਹਿਣਾ ਜਿਉਂ ਜਿਉਂ ਸ਼ਬਦ ਸੁਣੋਗੇ। 48 ਸਿੰਘਾਂ ਨੇ ਕਲਗੀਧਰ ਸੱਚੇ ਪਾਤਸ਼ਾਹ ਤੋਂ ਅਰਥ ਸੁਣੇ ਸੀ, ਦਮਦਮਾ ਸਾਹਿਬ ਗੁਰੂ ਕੀ ਕਾਂਸ਼ੀ ਸਾਬੋ ਕੀ ਤਲਵੰਡੀ ਵਿਖੇ, ਦਾਸ ਉਸ ਸਥਾਨ ਤੋਂ ਆਇਆ ਆਪ ਜੀ ਦੇ ਸੇਵਾ ਵਿੱਚ। ਦਾਸ ਦੇ ਪਿਤਾ ਜੀ ਪਹਿਲਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ ਰਹੇ, ਸੰਤ ਅਤਰ ਸਿੰਘ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨਾਂ ਨੇ ਸੇਵਾ ਬਹੁਤ ਬਚਪਨ ਤੋਂ ਕੀਤੀ। ਦਾਸ ਦੇ ਪਿਤਾ ਜੀ 1890 ਦਾ ਉਹਨਾਂ ਦਾ ਜਨਮ ਸੀ, ਸੰਤ ਮਹਾਰਾਜ ਦਾ 1886 ਦਾ ਸੀ, ਅਤੇ ਸੰਤ ਮਹਾਰਾਜ 1927 ਵਿੱਚ ਚੜ੍ਹਾਈ ਕਰ ਗਏ ਸਨ, ਅਤੇ ਦਾਸ ਦੇ ਪਿਤਾ ਜੀ 1975 'ਚ ਚੜ੍ਹਾਈ ਕਰੇ, 85 ਸਾਲ ਦੀ ਅਵਸਥਾ ਚੜ੍ਹਾਈ ਕਰੇ। ਸੋ ਦਾਸ ਬੇਨਤੀ ਕਰਦਾ ਹੈ ਕਿ ਬਚਪਨ ਤੋਂ ਦਾਸ ਇਸ ਵਿੱਦਿਆ ਨੂੰ ਲੈਂਦਾ ਆ ਰਿਹਾ ਬਾਣੀ ਦੀ। ਪਿਤਾ ਜੀ ਦਾਸ ਦੇ
27 ਆਦ ਮਹਾਰਾਜ ਦੀਆਂ ਜਿਨ੍ਹਾਂ ਨੇ ਆਦ ਮਹਾਰਾਜ ਦੀ ਆਪ ਕਥਾਵਾਂ ਕੀਤੀਆਂ ਆਦ ਮਹਾਰਾਜ ਦੀ ਕਈ ਵਾਰ ਦਸਮ ਪਾਤਸ਼ਾਹ ਦੇ ਚਾਰ ਸ਼ਬਦਾਂ ਦੇ ਯਾਨੀ ਗੁਰੂ ਗ੍ਰੰਥ ਸ਼ਬਦ ਸਰੂਪ ਦੇ ਅਰਥ ਕੀਤੇ ਭਾਈ ਗੁਰਦਾਸ ਜੀ ਦੇ ਅਰਥ ਕੀਤੇ ਦਾਸ ਉਸ ਘਰ ਤੋਂ ਤੁਹਾਡੇ ਕੋਲ ਸੇਵਾ ਕਰਨ ਦਾ ਪ੍ਰਯਾਸ ਕਰੇਗਾ ਇਹ ਘਰ ਕੇਵਲ ਕਿਸੇ ਬੰਦੇ ਦਾ ਨਹੀਂ ਹੈ ਇਹ ਮੇਰੇ ਮਾਲਕ ਦਾ ਘਰ ਹੈ ਜੋ ਸਭ ਦੇ ਘਰ ਵਿੱਚ ਵੱਸਦਾ ਹੈ ਘਰ ਪਿੱਤਰ ਘਰ ਗੁਰੂ ਦਿਖਾਇਆ ਕਹਿੰਦੇ ਘਰ ਪਿੱਤਰ ਘਰ ਗੁਰੂ ਦਿਖਾਇਆ ਤਾਂ ਸਾਡਾ ਗੁਰੂ ਕੌਣ ਹੈ ਸਾਡਾ ਗੁਰੂ ਗੁਰੂ ਨਾਨਕ ਪਚ ਸੱਚੇ ਪਾਤਸ਼ਾਹ ਦਾ ਗੁਰੂ ਸਾਡਾ ਗੁਰੂ ਹੈ ਸਾਡਾ ਗੁਰੂ ਜੁਗਾਂ ਜੁਗਾਂ ਤੋਂ ਭਗਤਾਂ ਦਾ ਜਿਹੜਾ ਗੁਰੂ ਹੈ ਸਾਡਾ ਗੁਰੂ ਹੈ ਜੁਗਾਂ ਜੁਗਾਂ ਤੋਂ ਭਗਤ ਪੈਦਾ ਹੁੰਦੇ ਆਏ ਨੇ ਅਤੇ ਆਪਾਂ ਵੀ ਭਗਤਾਂ ਦੀ ਸ਼੍ਰੇਣੀ ਵਿੱਚ ਬੈਠਣਾ ਹੈ ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਉਂਦੇ ਨਾਨਕ ਕਰਮਾਂ ਬਾਹਰ ਹੈ ਦਰ ਢੋ ਨਾ ਲੈਣੀ ਧਾਵਦੇ ਇੱਕ ਮੂਲ ਨਾ ਪੁੱਜਣ ਆਪਣਾ ਅਣਹੋਂਦਾ ਆਪ ਗਣਾਏਂਦੇ ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏਂਦੇ ਤਿੰਨ ਮੰਗਾਂ ਜੇ ਤੁਝੇ ਧਿਆਏਂਦੇ ਆਓ ਭਗਤ ਬਣੀਏ ਇੱਥੇ ਮਾਤਾ ਨੇ ਵੀ ਭਗਤ ਬਣਨਾ ਅਤੇ ਬੱਚੇ ਨੇ ਵੀ ਭਗਤ ਬਣਨਾ ਇੱਥੇ ਮਾਲਕ ਨੇ ਵੀ ਭਗਤ ਬਣਨਾ ਅਤੇ ਨੌਕਰ ਨੇ ਵੀ ਭਗਤ ਬਣਨਾ ਐਂ ਜੁਗਾਂ ਜੁਗਾਂ ਤੋਂ ਭਗਤ ਬਣਦੇ ਆ ਰਹੇ ਨੇ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ ਸੋ ਆਓ ਭਗਤੀ ਦੇਖੋ ਕਿੰਨੀ ਸੁੰਦਰ ਤਰੀਕੇ ਦੀ ਇਸ ਘਰ ਦੀ ਹੈ ਆਹ ਜਿਹੜੀ ਬਾਣੀ ਸਾਡੇ ਮੂਹਰੇ ਪ੍ਰਕਾਸ਼ ਹੈ ਨਾ ਜੀ ਇੱਕ ਵਾਰ ਸਾਰੇ ਹੀ ਕਹਿ ਦਿਓ ਵਾਹਿਗੁਰੂ 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 ਅਸੀਂ ਉਸ ਬਾਣੀ ਨੂੰ ਅਸੀਂ ਉਸ ਗੁਰੂ ਦੀ ਪ੍ਰੇਸ ਕੀਤੀ ਹੈ ਸ਼ਬਦ ਗੁਰੂ ਕਾ ਸਦ ਉਚਰੈ ਜੁਗ ਜੁਗ ਵਰਤਾਵਨ ਹਾਰਾ ਜਿਹੜੇ ਗੁਰੂ ਜੀ ਕੇਵਲ ਜਿਸ ਵੇਲੇ ਗੁਰਤਾ ਗੱਦੀ ਦਿੱਤੀ ਗਈ ਹੈ ਉਸ ਵੇਲੇ ਬਾਣੀ ਗੁਰੂ ਨਹੀਂ ਸੀ ਹਮੇਸ਼ਾ ਗੁਰੂ ਸੀ ਚੌਥੇ ਪਾਤਸ਼ਾਹ ਦਾ ਸ਼ਬਦ ਸੁਣਿਓ ਬਾਣੀ ਗੁਰੂ ਗੁਰੂ ਹੈ ਬਾਣੀ ਮਹਾਰਾਜ ਚੌਂ ਜੁਗਮੇ ਅੰਮ੍ਰਿਤ ਸਾਚੀ ਬਾਣੀ ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ ਐਸਾ ਬਾਣੀ ਗੁਰੂ ਹੋ ਸਕਦੀ ਹੈ ਕਹਿੰਦੇ ਹਾਂ ਹੁਣ ਵੀ ਹੈ ਤੁਹਾਡੇ ਵਿੱਚੋਂ ਰੱਬ ਬੋਲਦਾ ਹੈ ਅਤੇ ਜਿਨ੍ਹਾਂ ਵਿੱਚੋਂ ਬੋਲਿਆ ਉਹਨੂੰ ਪ੍ਰਕਾਸ਼ ਕੀਤਾ ਤਾਂ ਕਿ ਅਸੀਂ ਰੋਜ਼ ਸੁਣ ਕੇ ਉਸ ਦੀ ਬੋਲੀ ਨੂੰ ਬੋਲ ਸਕੀਏ ਆਪਾਂ ਨਾ ਬੋਲੀਏ ਆਪਣਾ ਸ਼ਬਦ ਮਰ ਜਾਏ ਅਤੇ ਰੱਬ ਦਾ ਸ਼ਬਦ ਪ੍ਰਗਟ ਹੋ ਜਾਏ ਜਿਹਦਾ ਸ਼ਬਦ ਮਰ ਜਾਏ ਉਹ ਹਮੇਸ਼ਾ ਜਿਉਂਦਾ ਹੈ ਸ਼ਬਦ ਮਰੋ ਫਿਰ ਜੀਵੋ ਸਦ ਹੀ ਕਹਿ ਦਿਓ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰਨ ਨਾ ਹੋਈ ਜੇ ਤੁਹਾਡਾ ਸਾਡਾ ਸ਼ਬਦ ਮਰ ਗਿਆ ਅਤੇ ਰੱਬ ਦਾ ਸ਼ਬਦ ਅੰਦਰ ਪ੍ਰਗਟ ਹੋ ਗਿਆ ਇਸ ਸ਼ਬਦ ਨੂੰ ਰੋਜ਼ ਸੁਣਦਿਆਂ ਸੁਣਦਿਆਂ ਕਹਿੰਦੇ ਸ਼ਬਦ ਮਰੇ ਸੋ ਮਰ ਰਹੇ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹਿੱਤੇ ਪਾਈਏ ਹਰਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੇ ਵਾਰੋ ਵਾਰ ਆਓ ਉਸ ਸ਼ਬਦ ਨਾਲ ਜੁੜੀਏ ਸਭ ਤੋਂ ਪਹਿਲਾਂ ਆਪਾਂ ਸ਼ਬਦ ਆਰੰਭ ਕਰ ਰਹੇ ਹਾਂ ਰਾਗ ਮਲਾਰ ਛੰਤ ਮਹੱਲਾ ਪੰਜਵਾਂ ਪੰਚਮ ਪਾਤਸ਼ਾਹ ਮਲਾਰ ਰਾਗ ਦੇ ਵਿੱਚ ਛੰਤ ਉਚਾਰਨ ਕਰ ਰਹੇ ਨੇ ਚਾਰ ਅਵਸਥਾਵਾਂ ਦੇ ਸ਼ਬਦ ਆਉਣਗੇ ਬੜੇ ਧਿਆਨ ਨਾਲ ਸੁਣਿਓ ਇੱਕ ਵੀ ਅਵਸਥਾ ਸਾਡੀ ਉਲੰਘੀ ਨਾ ਜਾਏ ਕਿਉਂਕਿ ਸਾਡੇ ਵਾਸਤੇ ਇੱਕ ਗੱਲ ਯਾਦ ਰੱਖਿਓ ਕਿ ਇੱਕ ਵੀ ਸ਼ਬਦ ਜੇ ਕਿਤੇ ਸਿੱਖ ਨੇ ਸੁਣ ਕੇ ਇੱਥੋਂ ਚਲਾ ਗਿਆ ਨਾ ਜੀ ਇੱਕ ਵੀ ਸ਼ਬਦ ਸੁਣ ਕੇ ਸਾਰੀ ਜ਼ਿੰਦਗੀ ਸਿੱਖੀ ਕਮਾ ਸਕਦਾ ਭਾਈ ਆਖੋ ਸਤਨਾਮ ਯਾਦ ਰੱਖਿਓ ਜਿਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਸਨ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਨਹੀਂ ਸੀ ਸੱਚੇ ਪਾਤਸ਼ਾਹ ਪਿੰਡ 'ਚ ਜਾਂਦੇ ਇੱਕ ਸ਼ਬਦ ਸੁਣਾਉਂਦੇ ਅਗਲੇ ਪਿੰਡ ਚਲੇ ਜਾਂਦੇ ਮੁੜ ਕੇ ਪਿੰਡ ਨਹੀਂ ਆਏ ਉਹਨਾਂ ਨੇ ਸਾਰੀ ਜ਼ਿੰਦਗੀ ਸਿੱਖੀ ਕਮਾਈ ਇੱਕ ਸ਼ਬਦ ਨੂੰ ਸੁਣ ਕੇ ਭਾਈ ਆਖੋ ਸਤਨਾਮ ਭਗਤਾਂ ਦੇ ਕਈ ਇੱਕ ਇੱਕ ਸ਼ਬਦ ਨੇ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁਤ ਜਨਮ ਨਾ ਆਪਾਂ ਤਾਂ ਨਿਤ ਨਵੇਂ ਸ਼ਬਦ ਪੜ੍ਹਦੇ ਹਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 17 ਤੋਂ ਵੱਧ ਭਾਸ਼ਾ ਨੇ ਜੀ 17 ਤੋਂ ਵੱਧ ਭਾਸ਼ਾ ਨੇ ਇੱਕ ਬੰਦਾ ਕੋਈ ਕਹਿ ਦੇਣਾ ਮੈਂ ਸਾਰੀ ਭਾਸ਼ਾ ਜਾਣਦਾ ਅਤੇ ਮੈਂ ਸਾਰੇ ਅਰਥ ਕਰ ਦਾਂਗਾ ਮੈਂ ਉਹਦੇ ਚਰਨਾਂ ਨੂੰ ਮੱਥਾ ਟੇਕ ਦਿਆਂਗਾ ਬਹੁਤ ਔਖੀ ਹੈ ਕਈ ਭਾਸ਼ਾ ਨੇ ਫਾਰਸੀ ਹੈ ਸੰਸਕ੍ਰਿਤ ਦੇ ਸ਼ਬਦ ਨੇ ਪੰਜਾਬੀ ਦੇ ਕਈ ਐਕਸੈਂਟ ਨੇ ਪੋਠੋਵਾਰੀ ਹੈ ਮਰਾਠੀ ਦੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਹਰ ਇਲਾਕੇ ਦੇ ਸ਼ਬਦ ਮਹਾਰਾਜ ਨੇ ਇਸ ਵਾਸਤੇ ਰਚੇ ਨੇ ਗੁਰਮੁਖੀ ਸ਼ਬਦਾਂ ਵਿੱਚ ਕਿ ਦੁਨੀਆਂ ਨੂੰ ਪਤਾ ਲੱਗ ਜਾਏ
ਕਿ ਸਭੈ ਘੱਟ ਰਾਮ ਬੋਲੈ, ਕਹਿੰਦੇ ਸਭੈ ਘੱਟ, ਫਿਰ ਬੋਲਿਓ, ਸਭੈ ਘੱਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ, ਰੱਬ ਤੋਂ ਬਿਨਾ ਕੋਈ ਦੂਜਾ ਨਹੀਂ ਬੋਲਦਾ ਜੀ। ਕਦੇ ਤੁਸੀਂ ਮਾਤਾ ਪਿਤਾ ਨੂੰ ਬੋਲਦਿਆਂ ਹੋਇਆਂ ਸੁਣਿਆ ਅਤੇ ਉਹਨਾਂ ਵਿੱਚੋਂ ਰੱਬ ਨੂੰ ਸੁਣਿਆ? ਤੁਸੀਂ ਆਪਣੇ ਵਿੱਚੋਂ ਰੱਬ ਨੂੰ ਸੁਣਿਆ? ਸੁਣਿਆ ਕਰੋ, ਤੁਹਾਡੇ ਵਿੱਚ ਰੱਬ ਬੋਲਦਾ ਹੈ। ਜੋ ਕਿਛ ਕਰੇ ਸੋ ਆਪੇ ਸਵਾਮੀ, ਹਰ ਆਪੇ ਕਾਰ ਕਮਾਵੇ, ਹਰ ਆਪੇ ਹੀ ਮਤ ਦੇਵੇ ਸਵਾਮੀ, ਹਰ ਆਪੇ ਬੋਲ ਬੁਲਾਵੇ, ਆਖੋ ਸਤਨਾਮ। ਤੁਹਾਡੇ ਵਿੱਚੋਂ ਰੱਬ ਬੋਲਦਾ ਹੈ ਜੀ। ਤੁਸੀਂ ਕਦੇ ਕਦੇ ਖਿਆਲ ਕੀਤਾ, ਤੁਸੀਂ ਬਾਣੀ ਪੜ੍ਹ ਕੇ ਜਦੋਂ ਮੁੱਖੋਂ ਕੁਛ ਬੋਲ ਜਾਂਦੇ ਹੋ ਤਾਂ ਗੱਲ ਪੂਰੀ ਹੋ ਜਾਂਦੀ ਹੈ, ਕਦੇ ਖਿਆਲ ਕੀਤਾ? ਕਹਿੰਦੇ ਭਗਤ ਮੁਖੇ ਤੇ ਬੋਲਦੇ ਸੇ ਬਚਨ ਹੁਵੰਦੇ। ਜਦੋਂ ਕੁਛ ਭਗਤੀ ਕਰਨ ਤੋਂ ਬਾਅਦ ਤੁਸੀਂ ਕੁਛ ਬੋਲ ਜੋ ਤਾਂ ਤੁਹਾਡੇ ਬਚਨ ਪੂਰੇ ਹੋ ਜਾਂਦੇ ਨੇ। ਕਦੇ ਕਦੇ ਖਿਆਲ ਕੀਤਾ ਜੀ, ਤੁਹਾਡੇ ਬੋਲਾਂ ਨੂੰ ਬੋਲਦੇ ਹੁੰਦੇ ਹੋ ਅਸਰ ਨਹੀਂ ਪੈਂਦਾ ਕਿਸੇ 'ਤੇ, ਕਿਉਂਕਿ ਸ਼ਬਦ ਨਹੀਂ ਘੜਿਆ ਆਪਾਂ ਨੇ। ਆਖੋ ਸਤਨਾਮ। ਘੜੀਏ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਆਓ ਪੰਚਮ ਪਾਤਸ਼ਾਹ ਦਾ ਸ਼ਬਦ ਸ਼ੁਰੂ ਹੋ ਰਿਹਾ ਹੈ, ਇੱਕ ਓਂਕਾਰ। ਇੱਕ ਦਾ ਅਰਥ ਕਰਿਓ ਜੀ, ਇੱਕ ਦਾ ਅਰਥ ਕੇਵਲ ਇੱਕ ਨਹੀਂ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੁੱਛੋ, ਭਾਈ ਗੁਰਦਾਸ ਜੀ ਕਹਿੰਦੇ ਏਕਾ ਏਕ ਓਂਕਾਰ ਲਿਖ, ਊੜਾ ਓਂਕਾਰ ਲਿਖਾਇਆ। ਹੁਣ ਵਾਟ ਇਜ਼ ਏਕ ਓਂਕਾਰ? ਏਕ ਓਂਕਾਰ ਕਿਹਨੂੰ ਕਹੋਗੇ? ਏਕਾ ਜਿਹੜਾ ਹਰ ਕੰਨ ਵਿੱਚ ਜਿਸ ਕਿਰਿਆ ਨੂੰ ਪੂਰਾ ਕਰਨ ਵਾਸਤੇ ਉਸ ਏਕੇ ਨੇ ਕੰਨ ਨੂੰ ਪੈਦਾ ਕੀਤਾ, ਜਦੋਂ ਤੱਕ ਉਸ ਕੰਨ ਦੀ ਕਿਰਿਆ ਪੂਰੀ ਨਹੀਂ ਹੁੰਦੀ ਉਹਦੀ ਉਹ ਰੱਖਿਆ ਰੱਖਦਾ ਹੈ। ਗੱਲ ਸਮਝ ਆਈ ਜੀ? ਏਕਾ ਜਿਹੜਾ ਹਰ ਕੰਨ ਵਿੱਚ, ਦੇਖੋ ਆਪਣੇ ਅੱਖ ਦੇ ਕਿੰਨੇ ਕੰਨ ਨੇ, ਕਿੰਨੇ ਸੈਲਸ ਨੇ, ਕੋਰਨੀਆ, ਰੈਟੀਨਾ, ਫਿਰ ਇੱਕ ਹੋਰ ਉਹਦੇ ਅੰਦਰ ਆਈ ਬਾਲ, ਹੈ ਨਾ, ਉਹਦੇ ਪਿੱਛੇ ਨਰਵਸ ਸਿਸਟਮ, ਕਿੰਨੇ ਸੈਲਸ ਨੇ। ਕਹਿੰਦੇ ਉਹ ਕੌਣ ਪੈਦਾ ਕਰਦਾ? ਤੁਸੀਂ ਤਾਂ ਨਹੀਂ ਪੈਦਾ ਕੀਤੇ। ਜਿਵੇਂ ਕਹਿੰਦੇ ਮੈਂ ਘਰ ਬਣਾਤਾ ਜੀ, ਮੈਂ ਰੋਟੀ ਬਣਾਤੀ ਜੀ, ਮੈਂ ਆਹ ਕੰਮ ਕਰਤਾ ਜੀ, ਤੁਸੀਂ ਮੈਨੂੰ ਦੱਸੋ ਇੱਕ ਵੀ, ਜੇ ਤੁਸੀਂ ਇਸ ਸਰੀਰ ਦੇ ਵਿੱਚ ਇੱਕ ਵੀ ਸੈੱਲ ਬਣਾਇਆ ਹੋਵੇ, ਕੋਈ ਚੀਜ਼ ਬਣਾਈ ਤੁਸੀਂ, ਕੋਈ ਖੂਨ ਦੀ ਬੂੰਦ ਬਣਾਈ, ਜੇ ਤੁਸੀਂ ਕੁਛ ਨਹੀਂ ਬਣਾਇਆ ਤਾਂ ਉਹ ਬਣਾਉਂਦਾ, ਉਹ ਘੜਦਾ, ਘੜਨ ਕਾਰਨ ਕਰਨ ਅਤੇ ਕਾਰਨ ਸਮਰੱਥ ਹੈ ਉਹ, ਉਹ ਆਪ ਤੁਹਾਡੇ ਵਿੱਚੋਂ ਬਣਾਉਂਦਾ ਅਤੇ ਆਪ ਉਹਨੂੰ ਚਲਾਉਂਦਾ ਅਤੇ ਆਪ ਉਹਨੂੰ ਲੈ ਕਰ ਦਿੰਦਾ। ਕਿੰਨੇ ਸੈੱਲ ਰੋਜ਼ ਲੈ ਹੁੰਦੇ ਨੇ ਤੁਹਾਡੇ? ਕੌਣ ਬਣਾਉਂਦਾ ਜੀ? ਤੁਸੀਂ ਤਾਂ ਨਹੀਂ ਬਣਾਉਂਦੇ, ਉਹ ਬਣਾ ਰਿਹਾ, ਸਵਾਸ ਸਵਾਸ ਚਲਾ ਰਿਹਾ। ਉਸ ਤੱਕ ਜਾਣਾ, ਉੱਥੇ ਜਾਣਾ ਜਿਹੜਾ ਅੰਦਰ ਤੁਹਾਡੇ ਅੰਦਰ ਤੁਹਾਨੂੰ ਬੁਲਾਉਂਦਾ, ਉਹਨੂੰ ਬੋਲਣਾ ਜਿਹੜਾ ਤੁਹਾਨੂੰ ਬੁਲਾਉਂਦਾ। ਕਹਿਣੇ ਵਾਲੇ ਤੇਰੇ ਰਹੇ ਸਮਾਏ, ਬੋਲਣ ਵਾਲਾ ਬੁਲਾਉਣ ਵਾਲੇ 'ਚ ਟਿਕ ਜੇ, ਤਾਂ ਕਿ ਆਹ ਜਿਹੜੀ ਬਾਣੀ ਹੈ ਇਹ ਬੋਲਣ ਵਾਲੇ ਦੀ ਬਾਣੀ ਨਹੀਂ ਹੈ, ਇਹ ਬੁਲਾਉਣ ਵਾਲੇ ਦੀ ਬਾਣੀ ਹੈ। ਬੋਲਣ ਵਾਲੇ ਨੇ ਬੋਲ ਕੇ ਕਹੀ, ਤਾਂ ਮੈਂ ਕਿਹਾ ਕਹਿਣ ਜਾਂ ਤੁਝੇ ਕਹਾਇਆ, ਮੈਂ ਤਾਂ ਬੋਲਿਆ ਕਿਉਂਕਿ ਤੈਂ ਬੁਲਾਇਆ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਤਾਂ ਕਿ ਆਪਾਂ ਬੋਲਣ ਵਾਲੇ ਬੁਲਾਉਣ ਵਾਲੇ ਨੂੰ ਬੋਲ ਸਕੀਏ, ਇਹ ਤਾਂ ਬਾਣੀ ਰਚੀ ਗਈ ਹੈ ਭਾਈ। ਆਖੋ ਸਤਨਾਮ। ਇਹ ਤਾਂ ਬਾਣੀ ਮਹਾਰਾਜ ਨੇ ਭੇਜੀ ਹੈ, ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ, ਤਾਂ ਕਿ ਬੋਲਣ ਵਾਲਾ ਬੋਲ ਕੇ ਕਦੇ ਬੋਲ ਕੇ ਨਾ ਕਹਿ ਦੇ ਕਿ ਮੈਂ ਬੋਲਿਆ ਸੀ। ਆਪਾਂ ਤਾਂ ਪਾਠ ਕਰਕੇ ਹਮੇਸ਼ਾ ਹੀ ਬੋਲਦੇ ਮੈਂ ਪਾਠ ਕਰਕੇ ਆਇਆ ਜੀ। ਆਖੋ ਸਤਨਾਮ। ਖਿਆਲ ਕਰੋ, ਪਾਠ ਕਰਕੇ ਆਪਾਂ ਸਾਰੇ ਪਿੰਡਾਂ ਇਹੀ ਕਹਿੰਦਾ, ਮੈਂ ਪਾਠ ਕਰਕੇ ਆਇਆ ਜੀ, ਮੈਂ ਕੀਰਤਨ ਕਰਕੇ ਆਇਆ ਜੀ, ਮੈਂ ਕਥਾ ਕਰਕੇ ਆਇਆ ਜੀ, ਮੈਂ ਜੀ ਉਹਨੂੰ ਸਮਝਾ ਕੇ ਆਇਆ। ਸਾਰੇ ਬੋਲਦੇ ਆਪਾਂ, ਇਸ ਬੋਲਣ ਤੋਂ ਰੁਕੋ, ਪੈ ਖਾਓ, ਭੁੱਲ ਕੇ ਨਾ ਕਹਿ ਦਿਓ ਮੈਂ ਦੱਸਿਆ ਸੀ ਕਿਸੇ ਨੂੰ। ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਦੱਸਿਆ ਸੀ ਤਾਂ ਉਹਨੂੰ ਦੱਸੋ ਮੈਂ ਨਹੀਂ ਦੱਸਿਆ ਸੀ, ਰੱਬ ਨੇ ਕਿਰਪਾ ਕੀਤੀ ਜੀ ਤਾਂ ਇਹ ਖਿਆਲ ਆਇਆ, ਰੱਬ ਨੇ ਦਿੱਤਾ ਸੀ, ਇਹ ਤਾਂ ਮੈਂ ਨਹੀਂ ਬੋਲ ਸਕਦਾ ਸੀ, ਮੈਂ ਤਾਂ ਮੂਰਖ ਹਾਂ। ਆਖੋ ਸਤਨਾਮ। ਕੋਈ ਬੋਲ ਸਕਦਾ ਆਪਣੇ 'ਚੋਂ ਮੈਂ ਮੂਰਖ ਕੀ? ਕੇਤਕ ਬਾਤ ਹੈ, ਸੱਚੇ ਪਾਤਸ਼ਾਹ ਕਹਿੰਦੇ ਨੇ ਸੱਚੇ ਪਾਤਸ਼ਾਹ, ਆਪਾਂ ਤਾਂ ਕਿਹੜੀ ਖੇਤ ਦੀ ਮੂੜੀ ਹਾਂ। ਭੈ ਵਿੱਚ ਆਓ, ਬੋਲਣਾ ਸਿੱਖੋ, ਬੋਲਦਿਆਂ ਕਿਤੇ ਐਸਾ ਨਾ ਬੋਲ ਦਿਓ ਕਿਸੇ ਨੂੰ ਮੈਂ ਦੱਸਿਆ ਸੀ ਤੁਹਾਨੂੰ। ਜੇ ਤੁਹਾਨੂੰ ਕਹੇ ਤੁਹਾਨੂੰ ਬਹੁਤ ਅੱਛਾ ਤੁਸੀਂ ਬੋਲੇ, ਉਹਨੂੰ ਦੱਸੋ, ਸਮਝਾ ਕੇ ਆਓ,
ਕਿ ਮੇਰੇ ਮਾਲਕ ਨੇ ਕਿਰਪਾ ਕੀਤੀ ਜਿਹਨੇ ਤਾਂ ਮੈਂ ਨਹੀਂ ਬੋਲ ਸਕਦਾ ਸੀ। ਆਖੋ ਸਤਨਾਮ। ਜੇ ਕੋਈ ਤੁਹਾਨੂੰ ਕਹਿ ਦੇ ਤੁਸੀਂ ਬਹੁਤ ਵਧੀਆ ਕੰਮ ਕੀਤਾ ਜੀ, ਉਹਨੂੰ ਦੱਸ ਦਿਓ, ਸਮਝਾ ਕੇ ਆਇਓ, ਮੈਂ ਨਹੀਂ ਕੀਤਾ ਜੀ, ਰੱਬ ਨੇ ਕਰਾਇਆ, ਨਹੀਂ ਤਾਂ ਮੈਥੋਂ ਨਹੀਂ ਹੋਣਾ ਸੀ ਜੀ। ਆਖੋ ਸਤਨਾਮ। ਐਸੇ ਸਿੱਖਾਂ ਦਾ ਘਰ ਸੀ, ਐਸੇ ਸਿੱਖਾਂ ਦੀ ਬੋਲੀ ਸੀ। ਸੋ ਇੱਕ ਅੰਕਾਰ ਦੇ ਅਰਥ ਕਰੋ ਜੀ, ਜਲ ਥਲ ਮਹੀਅਰ ਪੂਰਿਆ ਸਵਾਮੀ ਸਿਰਜਣਹਾਰ ਅਣਕ ਭਾਂਤ ਹੋਏ ਪਸਰਿਆ ਨਾਨਕ। ਇੱਕ ਅੰਕਾਰ, ਇੱਕ ਓਂਕਾਰ ਨਹੀਂ ਕਿਹਾ ਜੀ, ਇੱਕ ਅੰਕਾਰ। ਇੱਕ ਅੰਕਾਰ ਦਾ ਅਰਥ ਹੈ ਏਕਾ, ਜਿਹੜਾ ਹਰ ਕੰਨ ਵਿੱਚ ਜਦੋਂ ਤੱਕ ਉਹਦੀ ਕਿਰਿਆ ਪੂਰੀ ਨਹੀਂ ਹੁੰਦੀ ਉਹਦੀ ਰੱਖਿਆ ਆਪ ਰੱਖਦਾ ਹੈ। ਆਪਣੇ ਸਰੀਰ ਦੇ ਕਿੰਨੇ ਸੈਲਸ ਨੇ, ਆ ਪਤਾ ਨਹੀਂ ਕੋਈ ਚੀਜ਼ ਦੀ ਰੱਖਿਆ ਰੱਖਦੇ, ਉਹ ਰੱਖ ਰਿਹਾ, ਸਰਵਾਈਵਲ ਉਹਦਾ ਹੈ। ਹੁਣ ਤੀ ਅੱਗੇ ਦੇਖੋ, ਤਿੰਨ ਪਾਇਆ ਓਂਕਾਰ ਉੱਤੇ ਛਤਰ ਪਾਤਾ, ਉਹਦਾ ਅਰਥ ਹੈ ਕਿ ਤਿੰਨੋਂ ਗੁਣਾਂ ਉੱਤੇ, ਤਿੰਨੋਂ ਕਾਲਾਂ ਵਿੱਚ, ਸਤੋ ਰਜੋ ਤਮੋ, ਦਿਮਾਗ ਨਾਭੀ ਗੁਪਤ ਅੰਗ, ਇਹ ਤਿੰਨ ਗੁਣ ਨੇ, ਧਿਆਨ ਰੱਖਿਓ, ਦਿਮਾਗ ਸਤੋ ਗੁਣ, ਨਾਭੀ ਰਜੋ ਗੁਣ, ਗੁਪਤ ਅੰਗ ਤਮੋ ਗੁਣ। ਇਹ ਤਿੰਨੋਂ ਗੁਣ ਤੁਹਾਡੇ ਇੱਕ ਸੈੱਲ ਵਿੱਚ ਵੀ ਨੇ ਜਿਹਦੇ ਸਾਰਾ ਸੰਸਾਰ ਵਿਚਰ ਰਿਹਾ। ਅਤੇ ਅਸੀਂ ਕਹਿ ਰਹੇ ਹਾਂ ਇੱਕ ਮਾਲਕ ਦੀ ਜੋਤ ਜਿਹਦੇ ਤਿੰਨੋਂ ਗੁਣਾਂ ਦੇ ਉੱਤੇ ਹਮੇਸ਼ਾ ਛਤਰ ਛਾਇਆ ਬਣੀ ਰਹਿੰਦੀ ਹੈ, ਮੈਂ ਉਸ ਨੂੰ ਰੱਬ ਕਹਿ ਰਿਹਾ ਅਤੇ ਉਹ ਮੇਰੇ ਅੰਦਰ ਉਸ ਮਾਲਕ ਦੀ ਸਾਰੀ ਛਤਰ ਛਾਇਆ ਹੈ। ਭਾਈ ਆਖੋ ਸਤਨਾਮ। ਕਹਿ ਦਿਓ ਇੱਕ ਓਂਕਾਰ, ਕਿੱਡਾ ਵੱਡਾ ਅਰਥ ਹੈ। ਫਿਰ ਗੱਲ ਯਾਦ ਰੱਖਿਓ, ਆਪਾਂ ਜਿੱਥੇ ਸੌਂ ਕੇ ਜਾਂਦੇ ਹਾਂ ਉੱਥੇ ਜਾ ਕੇ ਅੰਦਰ ਜਾਣਾ ਹੈ। ਆਖੋ ਸਤਨਾਮ। ਇਹ ਸ਼ਬਦਾਂ ਦੇ ਅਰਥ ਨੇ ਲੈ ਜਾਣਾ ਆਪਾਂ ਨੂੰ ਅੰਦਰ। ਜਿੰਨੇ ਤੁਸੀਂ ਅੰਦਰ ਖੁੱਭਦੇ ਜਾਓਗੇ, ਜਿੰਨੇ ਖੁੱਭਦੇ ਜਾਓਗੇ ਉਹਨੇ ਤੰਦਰੁਸਤ, ਜਿੰਨੇ ਅੰਦਰ ਜਾਂਦੇ ਜਾਓਗੇ, ਜਿੰਨੇ ਅੰਦਰ ਜਾਂਦੇ ਜਾਓਗੇ ਉਹਨੇ ਤੁਸੀਂ ਜਰਾ ਰੋਗ 'ਚ ਵੱਜੋਗੇ। ਜਿੰਨਾ ਅੰਦਰ ਜਾਂਦੇ ਜਾਓਗੇ, ਜਿੰਨਾ ਅੰਦਰ ਜਾਂਦੇ ਜਾਓਗੇ ਉਤਨਾ ਮਨ ਮਰ ਜਾਏਗਾ। ਫਿਰ ਉੱਥੇ ਆਪਾਂ ਨਹੀਂ ਹੋਵਾਂਗੇ, ਉਹੀ ਉਹ ਹੋਵੇਗਾ। ਮਹਾਰਾਜ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਇੱਕ ਗੱਲ ਹਮੇਸ਼ਾ ਯਾਦ ਰੱਖਿਓ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਆਖੋ ਸਤਨਾਮ। ਇੱਕ ਵਾਰ ਸਾਰੇ ਬੋਲ ਦਿਓ, ਮਨ ਨੂੰ ਪਤਾ ਲੱਗ ਜਾਵੇ, ਭੁਲੇਖਾ ਨਿਕਲ ਜਾਵੇ ਮਨ ਦਾ। ਕਹੋ ਜੀ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਵੱਖਰੇ ਵੱਖਰੇ ਜੇਵਰਾਤ ਹੁੰਦੇ ਨੇ, ਐਂ ਵੱਖਰੇ ਵੱਖਰੇ ਸਰੂਪ ਨੇ ਰੱਬ ਦੇ, ਇਹ ਪਰ ਬਣੇ ਸੋਹਣੇ ਦੇ ਨੇ। ਕਹੋ ਕਬੀਰੇ ਰਾਮ ਕੀ ਅੰਸ, ਇਹ ਰੱਬ ਦੇ ਰੂਪ ਹਨ। ਜੋ ਦਿਸੈ ਸੋ ਤੇਰਾ ਰੂਪ, ਇੱਥੇ ਕੰਕਲੂਡ ਕਰੋ। ਸੋ ਆਓ ਹੁਣ ਦੂਜਾ ਸ਼ਬਦ ਪੜ੍ਹ ਰਹੇ ਹਾਂ, ਸਤਿਗੁਰ ਪ੍ਰਸਾਦ। ਕੀ ਪੜ੍ਹਿਆ ਜੀ, ਕੀ ਕਿਹਾ? ਸਤਿਗੁਰ ਦਾ ਅਰਥ ਸਮਝਿਆ? ਆਪਾਂ ਸਾਰੇ ਮਹਾਰਾਜ ਦੀ ਪਾਠ ਕਰਨ ਵਾਲੇ ਹੋ ਆਪਾਂ ਜੀ, ਸਤਿਗੁਰ ਦਾ ਅਰਥ ਕੀ ਕਰੋਗੇ ਜੀ ਤੁਸੀਂ? ਸਤਿਗੁਰ ਦਾ ਅਰਥ ਕਰੋ, ਇੱਕ ਪਾਸੇ ਗੁਰੂ ਜੀ ਨੇ, ਦੂਜੇ ਪਾਸੇ ਸਾਡੇ ਅੰਦਰ ਸਤਿਗੁਰੂ ਵਸਣਾ। ਕੀ ਵਸਣਾ? ਆਨੰਦ ਭਇਆ ਮੇਰੀ ਮਾਂ ਏ ਸਤਿਗੁਰੂ, ਸਤਿਗੁਰੂ ਮੈਂ, ਸਾਰੇ ਬੋਲੋ ਮੈਂ ਪਾਇਆ। ਉਹਦਾ ਅਰਥ ਹੈ ਕਿ ਇਹ ਰੱਬ ਦੀ ਬਾਣੀ ਜਿਨ੍ਹਾਂ ਵਿੱਚੋਂ ਆਈ ਹੈ ਅਸੀਂ ਉਹਨਾਂ ਨੂੰ ਗੁਰੂ ਕਹਿ ਰਹੇ ਹਾਂ, ਅਤੇ ਰੱਬ ਦੀ ਬਾਣੀ ਜਦੋਂ ਆਪਣੇ ਵਿੱਚ ਹਮੇਸ਼ਾ ਆਉਣ ਲੱਗ ਜਾਏਗੀ ਆਪਣੇ 'ਤੇ ਕਿਰਪਾ ਹੋ ਜਾਏਗੀ। ਆਖੋ ਸਤਨਾਮ। ਉਹਨੂੰ ਕਹਿੰਦੇ ਸਤਿਗੁਰੂ ਦੀ ਪ੍ਰਾਪਤੀ ਕਰਨੀ, ਹਮੇਸ਼ਾ ਵਾਸਤੇ ਗੁਰੂ ਦੀ ਪ੍ਰਾਪਤੀ ਕਰਨੀ। ਜਿੱਥੇ ਸੱਤ ਲਿਖਣਾ ਉੱਥੇ ਸੱਤ ਲਿਖਿਆ ਹੈ, ਜਿੱਥੇ ਸੱਚ ਲਿਖਣਾ ਉੱਥੇ ਸੱਚ ਲਿਖਿਆ ਹੈ। ਸੁਖਮਨੀ ਸਾਹਿਬ ਦੀ 12ਵੀਂ ਅਸ਼ਟਪਦੀ ਦੀ 8ਵੀਂ ਪੌੜੀ ਪੜ੍ਹੋ, ਸੱਤ 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 ਪ੍ਰਭ ਸਵਾਮੀ ਗੁਰਪ੍ਰਸਾਦ ਕਿਨੇ ਵਖਿਆਨੀ, ਸੱਚ 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 ਸਭ ਕਿੰਨਾ ਕੋਟ ਮਧੇ ਕਿਨੇ। ਪਹਿਲਾਂ ਸੱਤ ਲਿਖਿਆ ਜੀ, ਫਿਰ ਸੱਚ ਲਿਖਿਆ। ਜਿੱਥੇ ਸੱਚ ਲਿਖਣਾ ਉੱਥੇ ਸੱਚ ਲਿਖਿਆ, ਬੋਲੋ ਸੱਚ ਨਾਮ ਕਰਤਾਰ। ਜਿੱਥੇ ਸਤਨਾਮ ਲਿਖਣਾ ਸਤਨਾਮ ਲਿਖਿਆ, ਜਪ ਮਨ ਸਤਨਾਮ ਸਦਾ ਸਤਨਾਮ। ਅਸੀਂ ਸਤਨਾਮ ਦਾ ਵੀ ਅਰਥ ਸਚਨਾਮ ਕਰੀ ਜਾਂਦੇ ਹਾਂ। ਮਹਾਰਾਜ ਗੁਰੂ ਨਾਨਕ ਪਾਤਸ਼ਾਹ ਨੇ ਸਤਨਾਮ ਦਾ ਮੰਤਰ ਦ੍ਰਿੜ ਕਰਾਇਆ, ਉਹਦਾ ਅਰਥ ਕੀ ਹੋਇਆ? ਉਹਦਾ ਅਰਥ ਇਹ ਹੋਇਆ ਕਿ ਸੱਚੇ ਪਾਤਸ਼ਾਹ ਨੇ ਸਾਨੂੰ ਰੱਬ ਦਾ ਨਾਮ ਹਮੇਸ਼ਾ ਜਪਣ ਵਾਸਤੇ ਆਗਿਆ ਕੀਤੀ ਹੈ,
ਹਮੇਸ਼ਾ ਸਾਸ ਸਾਸ ਸਿਮਰੋ ਗੋਬਿੰਦ, ਦਮ ਦਮ ਸਦਾ ਸਮਾਲਦਾ, ਦਮ ਨਾ ਬਿਰਥਾ। ਪਤਾ ਨਹੀਂ ਸਾਡੇ ਕਿੰਨੇ ਬਿਰਥੇ ਚਲੇ ਜਾਂਦੇ ਨੇ, ਦਮ ਆਖੋ ਸਤਨਾ, ਹਮੇਸ਼ਾ ਜਪਣ ਦਾ ਮਨ 'ਚ ਖਿਆਲ ਹੀ ਨਹੀਂ ਆ ਰਿਹਾ। ਮਹਾਰਾਜ ਕਹਿੰਦੇ ਇੱਕ ਦਿਲ ਪਿਆਰਾ ਵਿਸਰੈ, ਦੁੱਖ ਲਾਗੇ ਸੁੱਖ ਜਾਏ, ਆਖੋ ਸਤਨਾ। ਹਮੇਸ਼ਾ ਰੱਬ ਦਾ ਨਾਮ ਜਪੋ ਜੀ, ਹਮੇਸ਼ਾ ਰੱਬ ਦਾ ਨਾਮ ਰਹਿੰਦਾ। ਹਮੇਸ਼ਾ ਰੱਬ ਦੇ ਨਾਮ ਜਪਣ ਦੀ ਕਿਰਿਆ ਆਪਾਂ ਚਾਰ ਅਵਸਥਾਵਾਂ ਵਿੱਚ ਵਿਚਾਰਾਂਗੇ, ਕਿਵੇਂ ਜਪਿਆ ਜਾਂਦਾ, ਕਿਵੇਂ ਜਪ ਹੁੰਦਾ, ਕਿਵੇਂ ਸ਼ਬਦ ਮਰਦਾ, ਅਤੇ ਫਿਰ ਕਿਵੇਂ ਪ੍ਰਕਾਸ਼ ਹੁੰਦਾ ਨਾਮ, ਇਹ ਵਿਚਾਰਨਾ ਆਪਾਂ ਨੇ। ਨਹੀਂ ਤਾਂ ਅਸੀਂ ਇੱਕੋ ਹੀ ਢੰਗ ਸਮਝਿਆ ਕਿ ਕੇਵਲ ਵਾਹਿਗੁਰੂ ਵਾਹਿਗੁਰੂ ਕਰਨਾ ਰੱਬ ਦਾ ਨਾਮ ਸਮਝਿਆ, ਬਾਣੀ ਪੜ੍ਹਨਾ ਰੱਬ ਦਾ ਨਾਮ ਹੀ ਨਹੀਂ ਸਮਝਿਆ। ਵਾਹਿਗੁਰੂ ਦਾ ਭਾਵ ਹਿਰਦੇ 'ਚ ਵਸਣਾ ਅਤੇ ਸ਼ਬਦ ਨੇ ਮਿਟ ਜਾਣਾ, ਉਹ ਭਾਵ ਹੀ ਨਹੀਂ ਸਮਝਿਆ ਨਾਮ ਦਾ। ਕੰਮ ਕਰਦਿਆਂ ਹੋਇਆ ਤੁਹਾਡੇ ਅੰਦਰ ਜਦੋਂ ਤੱਕ ਕੋਈ ਖਿਆਲ ਨਾ ਆਵੇ, ਕੰਮ ਕਰਦੇ ਹੋਵੋ ਤੁਸੀਂ ਰੱਬ ਦਾ ਨਾਮ ਜਪਦਿਆਂ ਹੋਇਆ ਕਰ ਰਹੇ ਹੋ, ਜਦੋਂ ਤੁਹਾਡੇ ਅੰਦਰ ਇਹ ਖਿਆਲ ਆ ਜਾਂਦਾ ਮੈਂ ਕੀਤਾ, ਖਿਆਲ ਮਿਟ ਜਾਂਦਾ। ਫਿਰ ਆਖੋ ਸਤਨਾ, ਉਹ ਮੈਂ ਕੀਤਾ ਜਿਸ ਨੂੰ ਮਿਟਾਉਣਾ ਹੈ ਨਾ ਜੀ, ਉਸ ਵਾਸਤੇ ਰੱਬ ਦਾ ਨਾਮ ਜਪੀਦਾ ਕਿ ਲੋਕਾਂ ਨੂੰ ਇਹ ਨਾ ਮੇਰਾ ਮਨ ਦੱਸਦਾ ਕਿ ਮੈਂ ਕੁਝ ਕੀਤਾ। ਆਖੋ ਸਤਨਾ, ਕਹਿੰਦੇ ਕੀਤਾ ਨਾ ਜਾਤਾ ਹਰਾਮ ਖੋਰ, ਰੱਬ ਦੇ ਕੀਤੇ ਨੂੰ ਰੱਬ ਦਾ ਕੀਤਾ ਨਾ ਕਹੇ ਮੇਰਾ ਮਨ, ਅਤੇ ਮੈਨੂੰ ਰੱਬ ਦਾ ਨਾਮ ਜਪਣਾ ਨਹੀਂ ਆਇਆ। ਮੈਂ ਲੋਕਾਂ ਨੂੰ ਆਪਣਾ ਨਾਮ ਦੱਸੀ ਜਾਣਾ, ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ, ਮੇਰਾ ਤਾਂ ਲੋਕਾਂ ਨੂੰ ਪਤਾ ਨਾ ਲੱਗੇ ਮੈਂ ਕੁਝ ਕੀਤਾ। ਲੋਕਾਂ ਜੇ ਕਿਤੇ ਮੈਨੂੰ ਲੋਕਾਂ ਨੇ ਆ ਕੇ ਪੁੱਛਿਆ ਵੀ ਤੁਸੀਂ ਕੀਤਾ, ਤਾਂ ਮੈਂ ਉਹਨੂੰ ਦੱਸਾਂ ਕਿ ਭਾਈ ਮੈਂ ਨਹੀਂ ਕੀਤਾ, ਇਹ ਤਾਂ ਕੀਤਾ ਰੱਬ ਦਾ ਹੋਇਆ, ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕਿਛ ਅਸਾੜਾ ਜੀਓ। ਸੋ ਆਓ ਸੱਚੇ ਪਾਤਸ਼ਾਹ ਸਤਿਗੁਰ ਦਾ ਅਰਥ ਕਰਿਓ ਜੀ। ਜਿਨ੍ਹਾਂ ਨੇ ਗੁਰੂ ਜੀ ਤੋਂ ਗੁਰ ਲਿਆ, ਪਹਿਲਾਂ ਅਰਥ ਸੁਣਿਓ ਵੱਖਰੇ ਵੱਖਰੇ, ਇਹ ਅਰਥ ਨਹੀਂ ਕਰ ਰਹੇ ਕੋਈ ਦਾਸ, ਪੂਰੇ ਵਿਦਵਾਨਾਂ ਨੂੰ ਦਾਸ ਨੇ ਬਹੁਤ ਸੁਣਿਆ। ਅਸੀਂ ਗੁਰੂ ਤੋਂ ਗੁਰ ਲੈਣ ਦਾ ਖਿਆਲ ਹੀ ਨਹੀਂ ਪੈਦਾ ਕਰ ਰਹੇ। ਆਹ ਪੰਗਤੀ ਪੜ੍ਹ ਰਿਹਾ ਦਾਸ ਤੁਹਾਡੇ ਮੂਹਰੇ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ, ਦੋ ਸ਼ਬਦ ਪੜ੍ਹ ਰਹੇ ਜੀ ਆਪਾਂ, ਗੁਰ ਬਿਨ ਘੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਇੱਕ ਗੁਰ ਕਹਿ ਰਿਹਾ, ਦੂਜਾ ਗੁਰੂ ਕਹਿ ਰਿਹਾ। ਆਨੰਦ ਸਾਹਿਬ ਦੀ ਸੱਤਵੀਂ ਪੌੜੀ ਪੜ੍ਹੋ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ 'ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰ 'ਤੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ। ਫਰਕ ਦੇਖ ਰਹੇ ਦੋਨਾਂ ਸ਼ਬਦਾਂ ਦਾ, ਅਸੀਂ ਸਿੱਖ ਗੁਰੂ ਤੋਂ ਗੁਰ ਲੈਂਦੇ ਹਾਂ ਅਤੇ ਗੁਰੂ ਸਿੱਖ ਨੂੰ ਗੁਰ ਦਿੰਦੇ ਨੇ, ਜੁਗਤ ਦਿੰਦੇ ਨੇ, ਕਿਆ ਜਪ ਕਿਆ ਤਪ ਸੰਜਮੋ ਕਿਆ ਵਰਤ ਕਿਆ ਇਸ਼ਨਾਨ ਜਬ ਲਗ ਜੁਗਤ ਨਾ ਜਾਣੀਏ। ਭਾਉ ਭਗਤ ਭਗਵਾਨ, ਗੁਰੂ ਤੋਂ ਗੁਰ ਸਿੱਖਦੇ ਹਾਂ ਤਾਂ ਸਾਨੂੰ ਪਤਾ ਕੀ ਕਹਿੰਦੇ ਨੇ ਗੁਰ ਸਿੱਖ। ਕੀ ਸਿੱਖ? ਗੁਰ ਸਿੱਖ ਤੋਂ ਗੁਰੂ ਕੋਲ ਗਿਆ ਸੀ, ਗੁਰ ਸਿੱਖੇ, ਬਾਣੀ ਪੜ੍ਹੀ ਸੀ ਗੁਰ ਲਿਆ, ਗੁਰੂ ਨੇ ਕੁਛ ਗੁਰ ਦਿੱਤਾ ਸੀ ਤੈਨੂੰ, ਉਹ ਗੁਰ ਦਿੱਤਾ ਸੀ ਜਦੋਂ ਤੂੰ ਬੋਲੇ ਅਤੇ ਉਹ ਬੁਲਾਉਂਦਾ, ਇਹ ਗੁਰ ਸਿੱਖਿਆ। ਜਦੋਂ ਉਹ ਬੁਲਾਉਂਦਾ ਸੀ ਤੂੰ ਉਹਨੂੰ ਬੋਲਿਆ ਜਿਹੜਾ ਤੈਨੂੰ ਬੁਲਾਉਂਦਾ ਸੀ, ਇਹ ਉਹਦੀ ਬੁਲਾਈ ਹੋਈ ਬਾਣੀ ਨੂੰ ਤੂੰ ਜਾਣਦਿਆਂ ਹੋਇਆ ਉਸਨੂੰ ਬੋਲਿਆ ਜਿਹੜਾ ਤੈਨੂੰ ਬੁਲਾਉਂਦਾ ਸੀ, ਤੂੰ ਉਹਨੂੰ ਬੋਲ ਕੇ ਗੱਲ ਕਹੀ ਕਿ ਮਹਾਰਾਜ ਤੈਂ ਪੜ੍ਹਾਈ ਸੀ ਤਾਂ ਮੈਂ ਪੜ੍ਹੀ ਹੈ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ ਗਾਓ। ਗੁਰ ਸਿੱਖੋ, ਇਹ ਗੁਰ ਬਾਣੀ ਹੈ, ਇਹ ਗੁਰੂ ਬਾਣੀ ਨਹੀਂ ਹੈ, ਇਹ ਬਾਣੀ ਗੁਰੂ ਹੈ। ਆਖੋ ਸਤਨਾਮ, ਦੋ ਸ਼ਬਦ ਸੁਣ ਰਹੇ ਹੋ, ਇਹ ਗੁਰੂ ਬਾਣੀ ਨਹੀਂ ਹੈ, ਇਹ ਗੁਰੂਆਂ ਦੀ ਬਾਣੀ ਨਹੀਂ ਹੈ, ਇਹ ਧੁਰ ਕੀ ਬਾਣੀ ਹੈ, ਇਹ ਖਸਮ ਕੀ ਬਾਣੀ ਹੈ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਮੈਂ ਨਹੀਂ ਬੋਲ ਰਿਹਾ, ਹਾਂ ਆਪੋ ਬੋਲ ਨਾ ਜਾਣਦਾ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਸੱਚੇ ਪਾਤਸ਼ਾਹ ਕਹਿੰਦੇ ਜੈਸੀ ਮੈਂ ਆਵੈ, ਖਸਮ ਕੀ ਬਾਣੀ ਤੈਸੜਾ ਕਰੀ ਤੂੰ। ਮਹਾਰਾਜ ਕਹਿੰਦੇ ਮੇਰੀ ਬਾਣੀ ਨਹੀਂ ਹੈ, ਇਹ ਰੱਬ ਦੀ ਬਾਣੀ ਹੈ। ਪ੍ਰਭ ਬਾਣੀ ਸ਼ਬਦ ਸੁਭਾਖਿਆ, ਗਾਵੋ ਸੁਣੋ ਪੜ੍ਹੋ ਨਿਤ ਭਾਈ, ਗੁਰਪੂਰੇ ਤੂੰ ਰਾਖਿਆ। ਸੋ ਇਹ ਗੁਰਬਾਣੀ ਹੈ ਜਿਹਨੂੰ ਗੁਰੂ ਕਹਿ ਰਿਹਾ। ਆਖੋ ਸਤਨਾ, ਇਹ ਗੁਰੂ ਬਾਣੀ ਨਹੀਂ ਹੈ, ਇਹ ਗੁਰਬਾਣੀ ਹੈ ਜਿਹਨਾਂ ਨੂੰ ਆਪਾਂ ਗੁਰੂ ਕਹਿ ਰਹੇ, ਗੁਰੂ। ਸੋ ਗੁਰੂ ਤੋਂ ਗੁਰ ਸਿੱਖਣਾ, ਉਹਨੂੰ ਸੱਤ ਕਰਕੇ ਮੰਨਣਾ। ਕੀ ਮੰਨਣਾ? ਹਮੇਸ਼ਾ ਵਾਸਤੇ ਮੰਨਣਾ। ਮੈਂ ਅੱਜ ਗੱਲ ਸੁਣੀ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ, ਇੱਕ ਵਾਰ ਲੋਕਾਂ ਨੇ ਗੱਲ ਸੁਣੀ ਰੱਬ ਦੀ ਬਾਣੀ ਦੀ, ਅਤੇ ਉਹਨਾਂ ਨੇ ਸਾਰੀ ਜ਼ਿੰਦਗੀ ਉਹਨੂੰ ਸੱਤ ਕਰਕੇ ਮੰਨ ਲਿਆ, ਹਮੇਸ਼ਾ ਵਾਸਤੇ ਉਹਨੂੰ ਮੰਨ ਲਿਆ। ਅਤੇ ਮਹਾਰਾਜ ਚਲੇ ਗਏ ਅੱਗੇ, ਬਾਣੀ ਉਹਨਾਂ ਦੇ ਹਿਰਦੇ 'ਚ ਵੱਸ ਗਈ। ਮਹਾਰਾਜ ਕਹਿੰਦੇ ਜੈਤਨ ਬਾਣੀ ਵਿਸਰ ਜਾਏ
ਜੋ ਪੱਕਾ ਰੋਗੀ ਵੇਲਾ ਹੈ। ਜੇ ਇੱਕ ਵਾਰ ਬਾਣੀ ਸੁਣੀ ਹੋਵੇ ਸਿੱਖ ਨੇ ਉਹਦੇ ਮਨੋਂ ਵਿਸਰ ਜੇ, ਮਹਾਰਾਜ ਕਹਿੰਦੇ ਪੱਕਾ ਰੋਗੀ ਹੈ, ਆਖੋ ਸਤਨਾਮ। ਹਾਲੇ ਛੇਤੀ ਇਲਾਜ ਨਹੀਂ ਹੋਣਾ ਇਹਦਾ, ਇਹਨੂੰ ਟਾਈਮ ਲੱਗਣਾ ਹਾਲੇ। ਮਹਾਰਾਜ ਦੇਖੋ, ਮਾਤਾ ਪਿਤਾ ਇੱਕ ਵਾਰ ਬੋਲਣ 'ਤੇ ਬੱਚਾ ਨਾ ਮੰਨੇ ਕੀ ਹੁੰਦਾ ਜੀ? ਟੀਚਰ ਇੱਕ ਵਾਰ ਪੜ੍ਹਾ ਜੇ ਬੱਚਾ ਨਾ ਮੰਨੇ ਕੀ ਹੁੰਦਾ? ਅਤੇ ਮੇਰਾ ਗੁਰੂ ਇੱਕ ਵਾਰ ਬੋਲੇ ਤਾਂ ਸਿੱਖ ਦਾ ਧਿਆਨ ਕਿਤੇ ਹੋਰ ਹੋਵੇ। ਦੇਖੋ ਮੈਂ ਜਪਜੀ ਸਾਹਿਬ ਸਵੇਰੇ ਪੜ੍ਹਦਾ, ਦਾਸ ਦੀ ਉਮਰ ਇਸ ਵੇਲੇ 62 ਸਾਲ ਦੀ ਹੈ। ਦਾਸ ਤੁਹਾਡੇ ਚਰਨਾਂ 'ਚ ਤੁਹਾਡੀ ਕਿਰਪਾ ਚਾਹੁੰਦਾ, ਅੱਜ ਇੱਥੇ ਮੈਂ ਇੱਕ ਵਾਰ ਵੀ ਜਪਜੀ ਸਾਹਿਬ ਪੂਰਾ ਨਹੀਂ ਪੜ੍ਹ ਪਾਇਆ ਜੀ। ਆਖੋ ਸਤਨਾਮ। ਨਹੀਂ ਪੜ੍ਹ ਹੋਇਆ, ਸ਼ੁਰੂ ਕਰਿਓ ਤੁਸੀਂ ਇੱਕ ਓਂਕਾਰ ਕੀਤੀ ਛੁੱਟੀ ਨਾਲ, ਸਮਾਪਤੀ ਤੱਕ ਸੁਰਤ ਉੱਥੇ ਰਹਿ ਜਾਈਏ। ਮੈਂ ਤੁਹਾਡੇ ਚਰਨਾਂ ਦਾ ਦਾਸ ਹਾਂ, ਦਾਸ ਹਾਂ, ਕਿਰਪਾ ਕਰੋ। ਮਨ ਭੱਜ ਲੈਂਦਾ, ਰਹਿ ਰਾਸ ਦਾ ਪਾਠ ਸ਼ੁਰੂ ਕਰੋ। ਕਿੱਥੇ ਹੁੰਦਾ ਸੁਰਤ ਦੇਖਿਓ, ਆਪਾਂ ਹੀ ਮਨਮੁੱਖ ਹਾਂ, ਆਪਾਂ ਹੀ ਗੁਰਮੁਖ ਬਣਨਾ। ਜਿੰਨੀ ਦੇਰ ਗੱਲ ਸੁਣਦਾ ਮਨ, ਉਤਨਾ ਦੇਰ ਮਨ ਗੁਰਮੁਖ ਹੈ। ਜਿਤਨਾ ਦੇਰ ਬਾਣੀ ਪੜ੍ਹਦੇ ਹੁੰਦੇ ਮਨ ਕਿਤੇ ਹੋਰ ਹੁੰਦਾ, ਉਤਨਾ ਦੇਰ ਮਨ ਮਨਮੁੱਖ ਹੈ। ਬਸ ਤੁਸੀਂ ਦੇਰ ਦੇਖ ਲਓ ਕਿੰਨੀ ਕੁ ਆਪਣੇ ਅੰਦਰ ਹੈ, ਗੁਰਮੁਖਤਾ ਦੀ ਅਤੇ ਮਨਮੁੱਖਤਾ ਦੀ। ਆਖੋ ਸਤਨਾਮ। ਕਿਸੇ ਨੂੰ ਬੋਲਣ ਦੀ ਲੋੜ ਨਹੀਂ ਕਿ ਭਾਈ ਤੂੰ ਗੁਰਮੁਖ ਹੈ ਕਿ ਮਨਮੁੱਖ ਹੈ, ਆਪਣੇ ਆਪ ਨੂੰ ਦੇਖੋ। ਬਸ ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁੱਖ ਹੋਏ, ਜੇ ਤੂੰ ਮੇਰਾ ਹੋ ਰਹੇ ਸਭ ਜਗ੍ਹਾ। ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰ ਪ੍ਰਸਾਦ, ਜਿਨ੍ਹਾਂ ਨੇ ਗੁਰੂ ਤੋਂ ਗੁਰ ਕਰਕੇ ਮੰਨਿਆ, ਸਤ ਕਰਕੇ ਮੰਨ ਲਿਆ ਨਾ। ਗੁਰੂ ਨਾਨਕ ਪਾਤਸ਼ਾਹ ਨੇ ਅੰਦਰੋਂ ਰੱਬ ਬੋਲਦੇ ਸੀ ਅਤੇ ਉਹਨਾਂ ਦੇ ਬਚਨਾਂ ਨੂੰ ਸਤ ਕਰਕੇ ਮੰਨ ਲਿਆ, ਉਸ ਪ੍ਰਸਾਦ ਤੋਂ ਨਿਕਲਿਆ ਹੋਇਆ ਸ਼ਬਦ ਹੈ ਭਾਈ। ਆਖੋ ਸਤਨਾਮ। ਆਰ ਯੂ ਗੈਟਿੰਗ ਮਾਈ ਪੁਆਇੰਟ? ਗੱਲ ਸਮਝ ਆਈ ਜੀ ਕਿ ਰੱਬ ਅੰਦਰੋਂ ਬੋਲਦੇ ਸੀ ਮਹਾਰਾਜ ਦੇ, ਅਤੇ ਸੱਚੇ ਪਾਤਸ਼ਾਹ ਨਾਨਕ ਪਾਤਸ਼ਾਹ ਸੁਣਦੇ ਸੀ, ਅਤੇ ਜਿਸ ਵੇਲੇ ਨਾ ਰੱਬ ਬੋਲੇ ਅਤੇ ਨਾਨਕ ਪਾਤਸ਼ਾਹ ਨੇ ਹਮੇਸ਼ਾ ਵਾਸਤੇ ਮੰਨ ਲਿਆ, ਅਤੇ ਉਹਦੇ ਉਹਨਾਂ ਵਿੱਚੋਂ ਫਿਰ ਨਾਨਕ ਨਾ ਬੋਲੇ, ਰੱਬ ਬੋਲੇ, ਹੈ ਨਾ, ਰੱਬ ਬੋਲੇ। ਜਦੋਂ ਰੱਬ ਬੋਲੇ ਤਾਂ ਐਸੀ ਪ੍ਰਣਾਲੀ ਇਸ ਘਰ ਦੀ ਦਸੇ ਪਾਤਸ਼ਾਹੀਆਂ ਤੱਕ ਚੱਲੀ। ਆਖੋ ਸਤਨਾਮ। ਉਸ ਬਾਣੀ ਨੂੰ ਪ੍ਰਕਾਸ਼ ਕੀਤਾ ਮਹਾਰਾਜ ਨੇ, ਜਿੱਥੇ ਫਿਰ ਤੁਸੀਂ ਨਾ ਬੋਲੋ ਅਤੇ ਉਹ ਬੋਲੇ। ਰੋਜ਼ ਅਭਿਆਸ ਕਰੋ, ਮੈਂ ਨਾ ਬੋਲਾਂ ਉਹ ਬੋਲੇ, ਮੈਂ ਉਹਨੂੰ ਬੋਲਾਂ ਜਿਹੜਾ ਮੈਨੂੰ ਬੁਲਾਉਂਦਾ, ਉਹਦੀ ਬਾਣੀ ਰਾਹੀਂ ਬੋਲਾਂ, ਮੈਂ ਆਪਣੇ ਆਪ ਨੂੰ ਬੁਲਾਵਾਂ, ਵਾਰ ਵਾਰ ਬੁਲਾਵਾਂ ਉਸ ਨੂੰ ਜਿਹੜਾ ਮੈਨੂੰ ਬੁਲਾਉਂਦਾ, ਤਾਂ ਕਿ ਬੋਲਦਿਆਂ ਹੋਏ ਮੇਰਾ ਮਨ ਇਸ ਅਵਸਥਾ 'ਤੇ ਪਹੁੰਚੇ, ਤੈਂ ਬਾਣੀ ਪੜ੍ਹਾਈ ਸੀ ਤਾਂ ਮੈਂ ਪੜ੍ਹੀ। ਆਖੋ ਸਤਨਾਮ। ਜਦੋਂ ਮੈਂ ਬਾਣੀ ਪੜ੍ਹ ਕੇ ਉੱਠ ਕੇ ਜਾਵਾਂ ਨਾ ਕਿਸੇ ਕੋਲ ਜੀ, ਉਹਨੂੰ ਮੈਂ ਕਹਿ ਸਕਾਂ ਮਾਲਕ ਨੇ ਬੜੀ ਕਿਰਪਾ ਕੀਤੀ, ਅੱਜ ਮੈਨੂੰ ਬਾਣੀ ਪੜ੍ਹਾਈ ਜੀ। ਆਖੋ ਸਤਨਾਮ। ਇਹ ਸਿੱਖ ਦਾ ਅਸੂਲ ਹੈ। ਸੋ ਕਹਿੰਦੇ ਸਤਿਗੁਰ ਪ੍ਰਸਾਦ ਸ਼ਬਦ ਸ਼ੁਰੂ ਹੋ ਰਿਹਾ ਹੈ। ਕਹਿੰਦੇ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ। ਪ੍ਰੀਤਮ, ਉਹ ਪ੍ਰੀਤੀ ਕਰਨ ਵਾਲਾ ਸਾਡੇ ਨਾਲ, ਰੱਬ ਪ੍ਰੀਤ ਕਰਦਾ ਸਾਡੇ ਨਾਲ, ਆਪਾਂ ਨਹੀਂ ਕਰਦੇ ਰੱਬ ਨਾਲ ਪ੍ਰੀਤ, ਸਾਨੂੰ ਤਾਂ ਹਾਲੇ ਪ੍ਰੀਤੀ ਦਾ ਪਤਾ ਹੀ ਨਹੀਂ। ਉਹ ਰਹਿੰਦਾ ਸਾਡੇ ਨਾਲ, ਅਸੀਂ ਨਹੀਂ ਰਹਿੰਦੇ ਉਸ ਨਾਲ, ਅਸੀਂ ਤਾਂ ਭੁੱਲ ਜਾਂਦੇ ਹਾਂ। ਖਿਆਲ ਕਰੋ, ਜੇ ਸਾਨੂੰ ਕਿਤੇ ਰੱਬ ਯਾਦ ਆ ਜਾਏ ਤਾਂ ਸਮਝੋ ਰੱਬ ਨੇ ਕਿਰਪਾ ਕਰਤੀ। ਜੇ ਰਸਨਾ ਤੋਂ ਇੱਕ ਵਾਰ ਵੀ ਨਿਕਲ ਜਾਣਾ ਵਾਹਿਗੁਰੂ, ਇਹ ਨਾ ਕਹਿ ਦਿਓ ਕਿਸੇ ਨੂੰ ਮੈਂ ਅੱਜ ਵਾਹਿਗੁਰੂ ਕਹਿਤਾ ਸੀ। ਆਖੋ ਸਤਨਾ। ਕਹਿ ਦਿਓ ਮਹਾਰਾਜ ਨੇ ਅੱਜ ਵਾਹਿਗੁਰੂ ਕਹਾਤਾ ਸੀ। ਆਖੋ ਸਤਨਾ। ਬੋਲਾਂ ਦਾ ਹੀ ਫਰਕ ਹੈ ਜੀ, ਬਸ ਬੋਲਾਂ ਨਾਲ ਹੀ ਘਰ ਵਸਣਾ ਅਤੇ ਬੋਲਾਂ ਨਾਲ ਹੀ ਘਰ ਉਜੜ ਜਾਣਾ ਹੈ। ਗੱਲ ਸਮਝ ਆਈ ਜੀ? ਬੋਲਾਂ ਨਾਲ ਹੀ ਆਪਣਾ ਘਰ ਵਸਣਾ, ਬੋਲਾਂ ਨਾਲ ਹੀ ਉਜੜ ਜਾਣਾ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦੇ ਤੁਸੀਂ ਤੁਹਾਡੇ ਘਰਾਂ ਦੇ ਵਿੱਚ ਤੁਹਾਡਾ ਵਿਆਹ ਹੋ ਜਾਣਾ, ਜੇ ਸ਼ਬਦ ਚੰਗੇ ਨਾ ਬੋਲੇ ਤਾਂ ਘਰ ਉਜੜ ਜਾਣਾ, ਜੇ ਸ਼ਬਦ ਚੰਗੇ ਬੋਲੇ ਤਾਂ ਉਜੜਿਆ ਹੋਇਆ ਘਰ ਵੀ ਵਸ ਜਾਣਾ। ਆਖੋ ਸਤਨਾ। ਸੋ ਬੋਲਣਾ ਸਿੱਖੋ। ਮਹਾਰਾਜ ਕਹਿੰਦੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸਿਰ ਗਵਾਰਾ ਗਵਾਰ। ਆਪਾਂ ਬਹੁਤ ਆਰਾਮ ਨਾਲ ਚੱਲਾਂਗੇ, ਤੇਜ਼ੀ ਨਹੀਂ ਕਰਾਂਗੇ, ਸ਼ਬਦ ਬਹੁਤ ਆਰਾਮ ਨਾਲ ਸਮਝਦੇ ਚੱਲਾਂਗੇ। ਪ੍ਰੀਤਮ ਦੇ ਅਰਥ ਕਰ ਲਓ ਜੀ। ਪ੍ਰੀਤਮ, ਪ੍ਰੀਤਮ ਦਾ ਬੋਲਣਾ ਬਹੁਤ ਸੌਖਾ ਹੈ, ਸਮਝਣਾ ਮਨ ਨੂੰ ਮਨਾਉਣਾ ਬਹੁਤ ਔਖਾ ਹੈ। ਆਖੋ ਸਤਨਾ। ਕਹਿੰਦਾ ਜਿਹੜਾ ਮੇਰੇ ਨਾਲ ਪ੍ਰੀਤੀ ਕਰਦਾ, ਕਹਿੰਦੇ ਕਦੋਂ ਤੱਕ ਕਰਦਾ ਮਹਾਰਾਜ? ਕਹਿੰਦੇ ਉਦੋਂ ਤੱਕ ਕਰਦਾ ਜਦੋਂ ਤੱਕ ਮੈਂ ਤਮੋ ਗੁਣੀ ਤੋਂ ਵੀ ਹੁੰਦਿਆਂ ਹੋਇਆਂ ਵੀ। ਆਪਾਂ ਦੇਖੋ ਕਿਤਨੇ ਬੋਲ ਰਹੇ ਹਾਂ, ਆਪਾਂ ਸ਼ਬਦ ਨੂੰ ਸੁਣੋ। ਕਹਿੰਦੇ ਕਬੀਰ ਸਭ 'ਤੇ ਹਮ ਬੁਰੇ, ਵਾਹਿਗੁਰੂ। ਆਖੋ ਸਤਨਾ। ਕਬੀਰ ਸਭ 'ਤੇ
ਕਹਿਣਾ ਬਹੁਤ ਔਖਾ ਹੈ ਭਾਈ, ਉੱਤੋਂ ਤਾਂ ਬੋਲ ਦਿਆਂਗੇ ਆਪਾਂ ਸਾਰੇ, ਇੱਕ ਵਾਰ ਦਿਲੋਂ ਬੋਲ ਕੇ ਦੇਖਿਓ, ਕਹੋ ਕਬੀਰ ਸਭ ਤੇ ਬੋਲਿਆ ਨਹੀਂ ਜਾ ਰਿਹਾ, ਬਹੁਤ ਔਖਾ ਹੋ ਰਿਹਾ, ਬੋਲ ਕੇ ਦੇਖੋ, ਫਿਰ ਬੋਲੋ, ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨਾਂ ਐਸਾ ਕਰ ਮਾਨਿਆ ਮੀਤ ਹਮਾਰਾ ਸੋਏ, ਉਹ ਮੇਰਾ ਮਿੱਤਰ ਹੈ ਕਹਿੰਦੇ ਮਹਾਰਾਜ, ਮਿੱਤਰ ਹੈ ਕਹਿੰਦੇ, ਸਭ ਨਾਲੋਂ ਔਗੁਣ ਆਪਣੇ ਵਿੱਚ ਨੇ, ਕਿਸੇ ਨੂੰ ਨਾ ਬੋਲੋ ਕਿ ਬਹੁਤ ਗੰਦਾ ਬੰਦਾ ਜੀ, ਨਾ ਕਹਿ ਦਿਓ, ਕਹਿ ਦਿਓ ਮੈਥੋਂ ਔਗੁਣ ਹੋਇਆ ਜੀ, ਕਹਿੰਦੇ ਹਮ ਔਗੁਣ ਭਰੇ ਏਕ, ਕੋਈ ਆਪਾਂ ਆਪਣੇ ਕੋਈ ਜਿਉਂਦੇ ਰਹਿਣ ਦਾ ਲੱਛਣ ਹੈ ਕੋਈ, ਇੱਕ ਵੀ ਗੁਣ ਨਹੀਂ ਹੈ ਆਪਣੇ 'ਚ, ਜੇ ਇੱਕ ਵੀ ਗੁਣ ਆਪਣੇ ਵਿੱਚ ਹੈ ਉਹ ਆਪਣਾ ਨਹੀਂ ਹੈ, ਰੱਬ ਦਾ ਹੈ, ਸਭ ਗੁਣ ਤੇਰੇ, ਕਹਿ ਦਿਓ ਸਭ ਗੁਣ, ਕਹਿ ਦਿਓ ਇੱਕ ਵਾਰ ਸਭ ਗੁਣ ਤੇਰੇ, ਮੈਂ ਨਹੀਂ ਕੋਏ ਵਿਨ ਗੁਣ ਕੀਤੇ, ਜੇ ਐਸਾ ਨਹੀਂ ਕਹਾਂਗੇ ਤਾਂ ਭਗਤੀ ਆਰੰਭ ਨਹੀਂ ਹੋਣੀ ਭਾਈ, ਆਪਣੀ ਆਖੋ ਸਤਨਾ, ਉਹ ਸ਼ਬਦ ਪਹਿਲਾਂ ਹੀ ਆ, ਕਹਿੰਦੇ ਪ੍ਰੇਮ ਭਗਤ ਕੇ ਦਾਤੇ, ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਇੱਕ ਲਾਈਨ ਹੀ ਸਮਝ ਆ ਜੇ ਸਾਨੂੰ, ਸ਼ਬਦ ਤਾਂ ਬਹੁਤ ਵੱਡਾ ਹਲੇ, ਕਹਿੰਦੇ ਐ ਮੇਰੇ ਪ੍ਰੀਤਮ, ਐ ਮੇਰੇ ਨਾਲ ਪ੍ਰੀਤੀ ਰੱਖਣ ਵਾਲੇ ਮੇਰੇ ਮਾਲਕ, ਐ ਮੇਰੇ ਅਵਗੁਣਾਂ ਦੇ ਭਰੇ ਹੋਏ ਭੰਡਾਰ ਨਾਲ ਵੀ ਤੂੰ ਹਾਲੇ ਮੈਨੂੰ ਪ੍ਰੀਤੀ ਰੱਖਦਾ, ਮੈਨੂੰ ਸਵਾਸ ਦਿੰਦਾ ਹੈ, ਕਿਤੇ ਮੇਰੇ ਲੱਛਣ ਲੋਕਾਂ ਨੂੰ ਪਤਾ ਲੱਗ ਜਾਣਾ, ਸਿਰ ਮਾਰ ਮਾਰ ਕੇ ਮੇਰੀ ਖੋਪੜੀ ਭੰਨ ਦੇਣ, ਇਤਨਾ ਗੰਦਾ ਬੰਦਾ ਮੈਂ, ਧਿਆਨ ਰੱਖਣਾ, ਜੇ ਮੇਰੇ ਬਾਰੇ ਕਿਸੇ ਨੂੰ ਪਤਾ ਲੱਗ ਜਾਣਾ ਮੈਂ ਕੈਸਾ ਗੰਦਾ ਹਾਂ, ਮੈਨੂੰ ਇੱਥੇ ਬੈਠਣ ਨਾ ਦਿਓ ਤੁਸੀਂ, ਇਤਨਾ ਭੈੜਾ ਮੈਂ, ਤਾਂ ਵੀ ਮੈਨੂੰ ਹਾਲੇ ਸਵਾਸ ਦੇ ਰਿਹਾ ਕਿ ਮੈਂ ਇਸ ਜਨਮ ਦੇ ਵਿੱਚ ਬਖਸ਼ਿਆ ਜਾਵਾਂ, ਆਖੋ ਸਤਨਾ, ਹੈ ਨਾ, ਤਾਂ ਵੀ ਮੈਨੂੰ ਹਾਲੇ ਤੂੰ ਸਵਾਸ ਦੇ ਰਿਹਾ, ਕਹਿੰਦੇ ਤੂੰ ਐਸਾ ਮੇਰਾ ਪ੍ਰੀਤਮ ਹੈ, ਯਾਨੀ ਮੇਰੇ ਤਮਾਂ ਤੱਕ, ਮੇਰੇ ਔਗੁਣਾਂ ਤੱਕ ਵੀ ਤੂੰ ਮੈਨੂੰ ਹਾਲੇ ਮੈਨੂੰ ਬਚਾਉਣਾ ਚਾਹੁੰਦਾ ਕਿ ਮੈਂ ਹਾਲੇ ਵੀ ਬਖਸ਼ਿਆ ਜਾਵਾਂ, ਕਹਿੰਦੇ ਅਜਾ ਮਾਲਕੋ ਅੰਤ ਕਾਲ ਮੇ, ਵਾਹਿਗੁਰੂ ਆਖੋ ਸਤਨਾ, ਕਹਿੰਦੇ ਅਜਾ ਮਾਲਕੋ ਅੰਤ ਕਾਲ ਮੇ ਨਾਰਾਇਣ ਸੁਧ ਆਈ, ਜਾਗਤ ਕੋ ਜੋਗੇਸ਼ਰ ਬਾਛਤ ਸੋਗਤ ਛਿਣਵੇਂ ਪਾਈ, ਛਿਣਵੇਂ, ਜਿਹੜਾ ਬੰਦਾ ਕਹਿੰਦਾ ਨਹੀਂ ਮੈਂ ਚੰਗਾ, ਉਹਦੀ ਗੱਲ ਸੁਣ ਲਿਓ ਗੁਰੂ ਜੀ ਤੋਂ, ਕਹਿੰਦੇ ਆਪਸ ਕੋ ਜੋ ਭਲਾ ਕਹਾਵੇ ਤਿਸੇ ਭਲਾਈ ਨਿਕਟ ਨਾ ਆਵੇ, ਆਖੋ ਸਤਨਾ, ਦੂਜਾ ਪੱਖ ਸੁਣ ਲਿਓ, ਕਹਿੰਦੇ ਆਪਸ ਕੋ ਜੋ ਜਾਣੇ ਨੀਚਾ, ਆਪਸ ਕੋ ਜੋ ਜਾਣੇ, ਬਹੁਤ ਔਖਾ ਨੀਵਾਂ ਕਹਾਉਣਾ, ਆਖੋ ਸਤਨਾ, ਸੋ ਗਣੀਏ ਸਭ ਤੇ ਉੱਚਾ, ਇਹ ਫਾਰਮੂਲੇ ਨੇ ਫਾਰਮੂਲੇ, ਇਹ ਜੀਵਨ 'ਚ ਜਿਉਣ ਦੀ ਜਾਂਚ ਹੈ, ਇਹ ਜਿਉਂਦੇ ਜੀ ਰੱਬ ਵਰਗੇ ਹੋਣ ਦੀ ਜਾਂਚ ਹੈ, ਪ੍ਰੀਤਮ ਕਹਿ ਦਿਓ ਇੱਕ ਵਾਰ, ਕਹਿ ਦਿਓ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਐ ਮੇਰੇ ਮਾਲਕ ਤੂੰ ਮੇਰੇ ਅੰਦਰ ਪ੍ਰੇਮਾ ਭਗਤੀ, ਮੇਰੇ ਨਾਲ ਤੂੰ ਇੰਨੇ ਮਾੜੇ ਬੰਦੇ ਨਾਲ ਵੀ ਤੂੰ ਮੇਰੇ ਨਾਲ ਪ੍ਰੇਮ ਰੱਖਦਾ ਹੈ, ਅਤੇ ਮੇਰੇ ਅੰਦਰ ਪ੍ਰੇਮ ਕਦੋਂ ਪੈਦਾ ਹੋਊਗਾ ਤੇਰੇ ਪ੍ਰਤੀ ਜੇ ਤੂੰ ਮੈਨੂੰ ਰੱਖਦਾ ਹੈ ਆਪ, ਮੇਰਾ ਬੋਲ ਤੈਨੂੰ ਕਦੋਂ ਬੋਲ ਸਕੇਗਾ ਜਦ ਤੂੰ ਮੈਨੂੰ ਬੁਲਾਉਣਾ, ਮੈਂ ਬੋਲ ਕੇ ਕਿਵੇਂ ਲੋਕਾਂ ਨੂੰ ਦੱਸ ਸਕਾਂਗੇ ਮਾਲਕ ਮੈਂ ਤਾਂ ਬੋਲਿਆ ਸੀ ਤੈਂ ਬੁਲਾਇਆ, ਆਖੋ ਸਤਨਾ, ਆ ਭਗਤੀ ਸਿੱਖ ਲਓ, ਕਹਿੰਦੇ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਹੁਣ ਦਾਤੇ ਦਾ ਅਰਥ ਸੁਣਿਓ ਜੀ, ਆਪਾਂ ਰੋਜ਼ ਜਪਜੀ ਸਾਹਿਬ ਪੜ੍ਹਦੇ ਹਾਂ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ, ਆਪਾਂ ਨੂੰ ਕਦੇ ਯਾਦ ਆਇਆ ਦਾਤਾ, ਮਾਂ ਜਦੋਂ ਦਿੰਦੀ ਹੈ ਸਾਨੂੰ ਕੁਛ, ਕਦੇ ਯਾਦ ਆਇਆ ਕਿ ਮਾਂ ਵਿੱਚੋਂ ਰੱਬ ਦਿੰਦਾ, ਜਦੋਂ ਪਿਤਾ ਦਾਤ ਦਿੰਦਾ ਕੋਈ ਵੀ, ਕੋਈ ਪੈਸੇ ਮੰਗਦੇ ਸੀ, ਮੈਂ ਪਿਤਾ ਜੀ ਮੈਨੂੰ ਪੈਸੇ ਦੇ ਦਿਓ, ਅਤੇ ਪਿਤਾ ਦਿੰਦਾ, ਅਤੇ ਅਸੀਂ ਕਦੇ ਖਿਆਲ ਕੀਤਾ ਕਿ ਇਹ ਰੱਬ ਹੀ ਦੇ ਰਿਹਾ ਇਹਨਾਂ ਵਿੱਚੋਂ, ਕਹਿੰਦੇ ਮਾਤ ਪਿਤਾ ਸਾਕ ਅਗਲੇ ਤਿਸ ਬਿਨਾਂ ਨਹੀਂ ਕੋਏ, ਜਦੋਂ ਤੁਸੀਂ ਕਿਸੇ ਨੂੰ ਦਿੰਦੇ ਹੋ ਤੁਸੀਂ ਦਾਤੇ ਬਣ ਜਾਂਦੇ ਹੋ, ਕਿ ਮੈਂ ਦਿੱਤਾ ਸੀ, ਮੈਂ ਗੁਰਦੁਆਰੇ ਆ ਕੇ ਮੱਥਾ ਟੇਕਦਾ ਤਾਂ ਮਹਾਰਾਜ ਨੂੰ ਐਂ ਦਿੰਦੇ ਹਾਂ ਜਿਵੇਂ ਠੂਠਾ ਫੜਾਇਆ ਹੁੰਦਾ ਮਹਾਰਾਜ ਦੇ ਹੱਥ 'ਚ, ਹੈ ਨਾ, ਕਿ ਲੈ ਬੇਟੇ ਮਹਾਰਾਜ ਤੈਨੂੰ ਹੋਰ ਪੈਸੇ ਦੇ ਦਿੱਤੇ ਸੀ, ਆਹ ਵੀ ਕੰਮ ਕਰਦੀ ਸਾਡਾ, ਮਹਾਰਾਜ ਕਹਿੰਦੇ ਭਾਈ ਉਹਨੇ ਤਾਂ ਸਭ ਕੁਛ ਦਿੱਤਾ, ਦਸਵੰਧ ਵੀ ਬੜੀ ਮੁਸ਼ਕਲ ਨਾਲ ਦਿੰਦੇ ਹਾਂ, ਉਹ ਦੇ ਕੇ ਵੀ ਜਨਾਉਂਦੇ ਹਾਂ, ਭਗਤ ਕਰੇ ਮੂਰਖ ਆਪ ਜਨਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ, ਐ ਗੁਰਸਿੱਖੋ ਗੁਰਸਿੱਖੋ, ਤੁਸੀਂ ਰੱਬ ਹੋਣਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗਮਾਨ, ਕਹਿੰਦੇ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਕਹਿੰਦੇ ਮੇਰਾ ਪ੍ਰੀਤਮ ਐਸਾ ਹੈ ਉਹ ਪ੍ਰੇਮਾ ਭਗਤੀ ਦਾ ਦਾਤਾ ਹੈ, ਉਹਦਾ ਅਰਥ ਹੈ ਤੁਹਾਡੇ ਵਿੱਚ ਪ੍ਰੇਮ ਬਹਿਣਾ ਚਾਹੀਦਾ ਹੈ,
ਪ੍ਰੇਮ ਬਹੂਗਾ ਤਾਂ ਹੀ ਤਾਂ ਤੁਹਾਡੇ ਨਾਲ ਲੋਕ ਪਿਆਰ ਕਰਨਗੇ ਨਾ, ਬੱਚੇ ਪਿਆਰ ਕਰਨਗੇ, ਘਰਵਾਲੀ ਪਿਆਰ ਕਰੂਗੀ, ਘਰਵਾਲਾ ਪਿਆਰ ਕਰੂਗਾ, ਮਿੱਤਰ ਪਿਆਰ ਕਰਨਗੇ, ਦੋਸਤ ਪਿਆਰ ਕਰਨਗੇ. ਜੇ ਪ੍ਰੇਮ ਨਾ ਹੋਇਆ, ਨਫ਼ਰਤ ਕਰੋਗੇ ਤਾਂ ਕੌਣ ਕਿਹੜਾ ਤੁਹਾਡੇ ਨਾਲ ਪਿਆਰ ਕਰੂਗਾ? ਕਹਿੰਦੇ ਸਭ ਕੋ ਮੀਤ ਹਮ ਆਪਣ ਕੀਨਾ ਹਮ ਸਭ ਨਾ ਕੇ ਸਾਜਨ, ਹੈ ਨਾ. ਤੁਹਾਡੇ ਨਾਲ ਪ੍ਰੇਮਾ ਭਗਤੀ ਤਾਂ ਆਊਗੀ ਕਿਉਂਕਿ ਪ੍ਰੇਮਾ ਭਗਤੀ ਤੁਹਾਡੀ ਨਹੀਂ ਹੈ, ਰੱਬ ਦੀ ਹੈ. ਉਹ ਰੱਬ ਪ੍ਰੇਮ ਕਰਦਾ ਹੈ. ਕਹਿੰਦੇ ਐਸੇ ਮੇਰੇ ਮਾਲਕ ਮੈਨੂੰ ਕਿਰਪਾ ਕਰ, ਮੈਂ ਤੇਰੇ ਨਾਲ ਪ੍ਰੇਮ ਕਰਨ ਲੱਗ ਜਾਂ. ਜੋ ਤੂੰ ਮੈਨੂੰ ਜਿਉਂਦਾ ਰੱਖਦਾ, ਮੈਂ ਤੇਰੇ ਨਾਲ ਮਰਨ ਲੱਗ ਜਾਂ. ਜਿਹੜਾ ਮੇਰੇ ਅੰਦਰ ਜਿਉਂਦਾ ਰੱਖਦਾ ਨਾ, ਮੈਂ ਉਹਦੇ ਨਾਲ ਮਰਨ ਲੱਗ ਜਾਂ. ਆਪ ਗਵਾਈਏ ਤਾਂ ਸੌ ਪਾਈਏ. ਇਹ ਫਾਰਮੂਲਾ ਹੈ. ਜਿੰਨਾ ਤੁਹਾਡੇ ਵਿੱਚੋਂ ਖੁਸ਼ੀ ਆਏ, ਰੱਬ ਦਾ ਸ਼ੁਕਰ ਕਰੋ. ਜਦੋਂ ਤੁਸੀਂ ਕਿਸੇ ਨੂੰ ਦੇਵੋ, ਕਹੋ ਮਾਲਕ ਤੈਂ ਦਵਾਇਆ. ਜਦੋਂ ਕਿਸੇ ਨੂੰ ਦੇ ਕੇ ਭੁੱਲ ਕੇ ਨਾ ਕਹਿ ਦਿਓ ਮੈਂ ਦਿੱਤਾ ਸੀ, ਚਾਹੇ ਤੁਹਾਡੇ ਬੱਚੇ ਕਿਉਂ ਨਾ ਹੋਣਾ. ਖੁਸ਼ ਸਤਨਾ, ਤੁਹਾਡੇ ਵਿੱਚੋਂ ਦਾਤਾ ਨਜ਼ਰ ਆਉਣਾ ਚਾਹੀਦਾ. ਤੂੰ ਦਾਤਾ ਜੀਆਂ ਸਭਨਾ ਕਾ ਬਸੋ ਮੇਰੇ ਮਨ ਮਾਹੀ. ਜੇ ਮੇਰੇ ਅੰਦਰ ਕੁਛ ਦਿੰਦਾ ਹੈ ਤਾਂ ਤੂੰ ਦਿੰਦਾ. ਕਹਿੰਦੇ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਨ ਸੰਗ ਰਾਤੇ. ਆਖੋ ਸਤਨਾ. ਇੱਕ ਹੁੰਦਾ ਰੱਤੇ, ਇੱਕ ਹੁੰਦਾ ਰਾਤੇ, ਇੱਕ ਹੁੰਦਾ ਜਪ, ਇੱਕ ਹੁੰਦਾ ਜਾਪ. ਕੰਨੇ ਲਾ ਰਹੇ ਕੰਨੇ, ਠੀਕ ਹੈ ਜੀ. ਕਰ ਕਾਰ, ਕਰਨ ਕਾਰਨ, ਤਰਨ ਤਾਰਨ. ਕੰਨੇ ਲਾਈ ਜਾ ਰਹੇ, ਬਸ ਹੋਰ ਕੁਛ ਨਹੀਂ ਕਰ ਰਹੇ ਸੀ. ਕਦੇ ਕੰਨੇ ਲਾ ਕੇ ਦੇਖੇ ਤੁਸੀਂ, ਆਦਿ ਮਾਤਰਾ ਆਈ ਕਦੇ? ਉਹ ਜਿਹੜਾ ਤੁਹਾਡੇ ਅੰਦਰ ਬੁਲਾਉਂਦਾ ਉਹ ਕਦੇ ਆਇਆ ਤੁਹਾਡੇ ਬੋਲਣ ਵਿੱਚ? ਉਹ ਜਿਹੜਾ ਤੁਹਾਨੂੰ ਕਰਾਉਂਦਾ ਕਰਨ ਵਿੱਚ ਤੁਹਾਡੇ ਉਹ ਆਇਆ? ਉਹ ਜਿਹੜਾ ਤੁਹਾਨੂੰ ਚਲਾਉਂਦਾ ਉਹ ਤੁਹਾਡੇ ਅੰਦਰ ਨਾਲ ਚੱਲਿਆ? ਜਿਹੜਾ ਤੁਹਾਡੇ ਤੁਹਾਨੂੰ ਜਿਹਦੇ ਕਿਰਪਾ ਨਾਲ ਤੁਸੀਂ ਬੈਠੇ ਹੋ, ਉਹ ਤੁਹਾਡੇ ਅੰਦਰ ਮਨ ਲੱਗਦਾ ਕਿ ਉਹਨੇ ਬਿਠਾਇਆ? ਜਿਹੜਾ ਸਵਾਸ ਦੇ ਰਿਹਾ ਤੁਹਾਡੇ ਮਨ ਨੂੰ ਲੱਗਿਆ ਕਿ ਉਹ ਦੇ ਰਿਹਾ ਤਾਂ ਮੈਂ ਸਵਾਸ ਲੈ ਰਿਹਾ? ਉੱਥੇ ਕੰਨੇ ਲਾਈ ਜਾਇਓ. ਹੁਣ ਮੈਂ ਦੇਖੋ ਜਪ ਨੂੰ ਜਾਪ ਲਾ ਰਿਹਾ, ਮੈਂ ਉਹਨੂੰ ਜਪ ਰਿਹਾ ਜਿਹੜਾ ਮੈਨੂੰ ਜਪਾ ਰਿਹਾ. ਕੰਨਾਂ ਲਾ ਕੇ ਬੋਲਿਆ, ਹੁਣ ਪਹਿਲਾਂ ਕੰਨਾਂ ਬਿਨਾਂ ਕੰਨੇ ਤੋਂ ਬੋਲਿਆ ਜਪ, ਫਿਰ ਕੰਨਾਂ ਲਾ ਕੇ ਬੋਲ ਰਿਹਾ ਜਾਪ. ਸ਼ਬਦ ਮੈਂ ਦਾਸ ਤੁਹਾਡੇ ਮੂਹਰੇ ਰੱਖਦਾ, ਹਰ ਜਪ ਜਾਪ ਰਹਿਣ ਹਰ ਸਰਨਾ. ਐਸਾ ਕਈ ਸ਼ਬਦ ਦਾਸ ਕੱਢ ਕੇ ਲਿਆਇਆ ਤੁਹਾਡੇ ਵਾਸਤੇ. ਆਹ ਦਾਸ ਗੁਰੂ ਗ੍ਰੰਥ ਸਾਹਿਬ 'ਚ ਕਈ ਸ਼ਬਦ ਨੇ, ਇਸ ਵਾਸਤੇ ਕੱਢ ਕੇ ਲਿਆਇਆ ਕਿਤੇ ਕੋਈ ਗਲਤੀ ਨਾ ਹੋ ਜਾਵੇ, ਮੈਥੋਂ ਵੀ ਗਲਤੀ ਨਾ ਹੋ ਜਾਵੇ. ਪੰਕਤੀਆਂ ਸੁਣਿਓ, ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ ਜੀਵਨ 'ਚ ਨਾਨਕ ਜਾਪੀ ਜਪ ਜਾਪ. ਇੱਕੋ ਹੀ ਲੈਣ, ਇੱਕੋ ਹੀ ਲੈਣ, ਦੋ ਦੋ ਸ਼ਬਦ ਦੇ ਸਰੂਪ ਨੇ. ਉਹਨੂੰ ਜਪੋ ਜਿਹੜਾ ਤੁਹਾਨੂੰ ਜਪਾਉਂਦਾ, ਤਾਂ ਕਿ ਜਪਣ ਵਾਲਾ ਜਪਾਉਣ ਵਾਲੇ ਦੀ ਉਸਤਤ ਕਰ ਸਕੇ, ਅਤੇ ਜਿਸ ਵੇਲੇ ਜਪਾਉਣ ਲੱਗ ਜਾਏ ਅਤੇ ਜਪਣ ਵਾਲਾ ਮੰਨਣ ਲੱਗ ਜਾਏ ਕਿ ਤੈਂ ਜਪਾਇਆ ਸੀ ਤਾਂ ਮੈਂ ਜਪਿਆ, ਅਤੇ ਜਪ ਜਾਪ ਸ਼ੁਰੂ ਹੋ ਜਾਏਗਾ. ਆਖੋ ਸਤਨਾ. ਗੱਲ ਸਮਝ ਆ ਗਈ, ਸਿੱਧੀ ਜੀ ਗੱਲ ਹੈ. ਹੁਣ ਮਹਾਰਾਜ ਕਹਿੰਦੇ ਭਾਈ, ਕਹਿੰਦੇ ਆਪਣੇ ਜਨ ਸੰਗ ਰਾਤੇ. ਹੁਣ ਰੱਤੇ ਅਤੇ ਰਾਤੇ ਦੇ ਸ਼ਬਦ ਦਾਸ ਰੱਖਦਾ, ਕਹਿੰਦੇ ਸ਼ਬਦ ਰੱਤੇ ਸੇ ਨਿਰਮਲੇ. ਜਿਹੜਾ ਸ਼ਬਦ ਨਾਲ ਰੱਤਦਾ ਉਹ ਨਿਰਮਲ ਹੋਊਗਾ. ਹੁਣ ਰਾਤੇ ਦੇ ਸ਼ਬਦ ਸੁਣਿਓ, ਕਹਿੰਦੇ ਨਾਨਕ ਨਿਰਮਲ ਉਜਲੇ ਜੋ ਰਾਤੈ ਹਰ ਨਾਏ. ਜਦੋਂ ਰੱਬ ਦਾ ਨਾਮ ਜਪੋ ਜਿਹੜਾ ਹਰੇਕ ਵਿੱਚ ਵੱਸਦਾ, ਅਤੇ ਇਸ ਤਰ੍ਹਾਂ ਜਪੋ ਕਿ ਉਹ ਮੇਰੇ ਅੰਦਰ ਰੱਤੇ, ਉਹਨੇ ਕਿਰਪਾ ਕੀਤੀ ਤਾਂ ਮੈਂ ਰੱਤਿਆ ਸੀ. ਉੱਥੇ ਕੰਨਾਂ ਲਾ ਦਿਓ, ਉਹਨੂੰ ਵਿੱਚ ਸ਼ਾਮਿਲ ਕਰ ਲਿਓ ਕਿ ਉਹਨੇ ਰਤਾਇਆ ਸੀ ਤਾਂ ਮੈਂ ਰੱਤਿਆ. ਕੰਨਾਂ ਲਾ ਦਿਓ ਉੱਥੇ. ਆਖੋ ਸਤਨਾ. ਕੰਨਾਂ ਲਾ ਕੇ ਬੋਲ ਦਿਓ. ਮਹਾਰਾਜ ਕਹਿੰਦੇ ਨੇ, ਕਹਿੰਦੇ ਆਪਣੇ ਜਨ ਸੰਗ ਰਾਤੇ. ਕਹਿੰਦੇ ਉਹ ਆਪਣੇ ਜਨ ਸੰਗ ਰੱਤਦਾ ਜਿਹੜਾ ਉਸ ਨਾਲ ਰੱਤਿਆ ਹੋਊਗਾ, ਉਹਨੂੰ ਰਾਤੇ ਸ਼ਬਦ ਕਿਹਾ. ਆਖੋ ਸਤਨਾ. ਜਿਹੜਾ ਰੱਬ ਨਾਲ ਨਾ ਨਾ ਮਿਲੇ, ਰੱਬ ਉਹਦੇ ਨਾਲ ਮਿਲਦਾ ਨਹੀਂ ਹੈ, ਰੱਬ ਉਹਦੇ ਨਾਲ ਰਹਿੰਦਾ. ਗੱਲ ਸਮਝ ਆਈ? ਮਹਾਰਾਜ ਸਤਿਗੁਰ ਸਾਚਾ ਕਿਆ ਕਰੇ ਜੋ ਸਿੱਖਾਂ ਮੈਂ ਚੂਕ. ਯਾਨੀ ਰੱਬ ਨਹੀਂ ਦੂਰ ਹੁੰਦਾ, ਅਸੀਂ ਦੂਰ ਹੋ ਜਾਂਦੇ ਹਾਂ. ਉਹ ਜੀਵਨ ਸਾਡੇ ਨਾਲ ਕਦੇ ਵੈਰ ਵਿਰੋਧ ਨਹੀਂ ਕਰਦਾ, ਅਸੀਂ ਉਹਦੇ ਨਾਲ ਵੈਰ ਵਿਰੋਧ ਕਰ ਲੈਂਦੇ ਹਾਂ. ਐ ਗੁਰਸਿੱਖੋ, ਉਹ ਸਾਥੋਂ ਦੂਰ ਨਹੀਂ ਹੈ. ਤੂੰ ਨਾ ਹੀ ਪ੍ਰਭ ਦੂਰ, ਜਾਣੇ ਸਭ ਤੂੰ ਹੈ, ਗੁਰਮੁਖ ਵੇਖ ਹਦੂਰ, ਅੰਤਰ ਵੀ ਤੂੰ ਹੈ. ਸੋ ਮਹਾਰਾਜ ਕਹਿੰਦੇ ਜਨ ਸੰਗ ਰਾਤੇ ਦਿਨ ਸਿਰ ਰਾਤੇ, ਇੱਕ ਨਿਮਖ ਮਨੋ ਨਾ ਵੀ ਸਿਰ ਹੈ. ਉਹ ਰੱਬ ਉਹਨਾਂ ਜਨ ਦੇ ਜਿਹੜੇ ਰੱਬ ਦੇ ਪਿਆਰੇ ਨੇ ਉਹਦੇ ਨਾਲ ਫਿਰ ਉਹ ਰੱਤਦਾ. ਕਹਿੰਦੇ ਦਿਨ ਸਿਰ ਰਾਤੇ ਜਿਹੜਾ ਰੋਜ਼ ਰੱਬ ਦੇ ਨਾਲ ਮਿਟਿਆ ਹੋਊਗਾ, ਮਿਲਿਆ ਹੋਊਗਾ. ਫਿਰ ਮਹਾਰਾਜ ਕਹਿੰਦੇ ਇੱਕ ਨਿਮਖ ਮਨੋ ਨਾ ਵਿਸਰੈ. ਆਖੋ ਸਤਨਾ. ਫਿਰ ਰੱਬ ਨਹੀਂ ਵਿਸਰਦਾ. ਜੇ ਤੁਸੀਂ ਇਸ ਭਾਵ ਦੇ ਨਾਲ ਰੱਬ ਨੂੰ ਯਾਦ ਕਰੋਗੇ, ਮਹਾਰਾਜ ਕਹਿੰਦੇ ਆ ਜੁਗਤੀਆਂ ਨੇ ਰੱਬ ਨੂੰ ਯਾਦ ਕਰਨ ਦੀਆਂ ਜੋ ਰੱਬ ਦੇ ਰਿਹਾ. ਆਖੋ ਸਤਨਾ. ਭੁੱਲ ਕੇ ਨਾ ਜਨਾ ਜਿਓ ਆਪਣੇ ਆਪ ਨੂੰ.
ਕਿ ਮੈਂ ਰੱਤਿਆ ਸੀ। ਕਹਿਣਾ ਜੀ ਉਹਨੇ ਕਿਰਪਾ ਕੀਤੀ ਸੀ, ਜੋ ਮੇਰੇ ਅੰਦਰ ਰੱਤ ਦੇਣਾ ਉਹਨੇ ਰਤਾ ਲਿਆ ਸੀ, ਉਹ ਆਪ ਸ਼ਾਮਿਲ ਹੋਇਆ ਸੀ ਮੇਰੇ ਰਤਨ ਵਿੱਚ। ਮੈਂ ਤਾਂ ਮਿਲਿਆ ਸੀ ਕਿਉਂਕਿ ਉਹਨੇ ਮਿਲਾਇਆ ਸੀ, ਮੈਂ ਤਾਂ ਆਇਆ ਸੀ ਕਿਉਂਕਿ ਲੈ ਕੇ ਆਇਆ ਸੀ, ਮੈਂ ਤਾਂ ਜਪਿਆ ਸੀ ਕਿਉਂਕਿ ਉਹਨੇ ਜਪਾਇਆ ਸੀ। ਉਹਨੂੰ ਨਾ ਭੁੱਲੋ ਜੀ, ਨਾ ਭੁੱਲੋ, ਇਹ ਸਰੂਪ ਹੀ ਉਸਦਾ ਹੈ, ਤੁਹਾਡਾ ਨਹੀਂ ਹੈ। ਇਹਦੇ ਬਾਰੇ ਆਪਾਂ ਕੱਲ੍ਹ ਨੂੰ ਜ਼ਿਕਰ ਕਰਾਂਗੇ, ਸਮੇਂ ਬਹੁਤ ਥੋੜ੍ਹਾ ਰਹਿ ਗਿਆ, ਇੱਕ ਆਪਾਂ ਛੰਦ ਪੂਰਾ ਕਰੀਏ। ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ, ਗੋਪਾਲ ਗੁਣ ਨਿਤ ਸਦਾ ਸੰਗੇ, ਸਰਬ ਗੁਣ ਜਗਦੀਸ਼ਰ ਹੈ। ਕਹਿੰਦੇ ਗੋਪਾਲ ਸ੍ਰਿਸ਼ਟੀ ਨੂੰ ਪਾਲਣ ਵਾਲਾ, ਕਹਿੰਦੇ ਉਹ ਗੁਣਾਂ ਦਾ ਨਿਧਾਨ ਹੈ। ਗੁਣਾਂ ਦਾ ਨਿਧਾਨ ਸਮਝ ਰਹੇ ਹੋ ਕਿ ਜਿਤਨੇ ਗੁਣ ਆਪਣੇ ਵਿੱਚ ਨੇ, ਰੱਬ ਦਾ ਖਜ਼ਾਨਾ ਹੈ, ਰੱਬ ਦੇ ਖਜ਼ਾਨੇ 'ਚੋਂ ਆਪਣੇ ਅੰਦਰ ਗੁਣ ਆਉਂਦੇ ਨੇ। ਕਹਿੰਦੇ ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ ਤਿਹਾ ਕੋਈ ਨਾ ਸੁੱਝੇ, ਜੇ ਤਿਸ ਗੁਣ ਕੋਈ ਕਰੇ। ਜੇ ਤੁਹਾਡੇ ਅੰਦਰ ਇੱਕ ਵੀ ਗੁਣ ਹੈ, ਉਸ ਰੱਬ ਦਾ ਕੀਤਾ ਹੋਇਆ ਗੁਣ ਹੈ, ਇਹ ਉਹਦਾ ਖਜ਼ਾਨੇ 'ਚੋਂ ਗੁਣ ਆ ਰਿਹਾ। ਜੇ ਤੁਸੀਂ ਅੱਛਾ ਬੋਲਦੇ ਹੋ, ਅੱਛਾ ਲਿਖਦੇ ਹੋ, ਅੱਛਾ ਵਿਹਾਰ ਕਰਦੇ ਹੋ, ਅੱਛੀ ਸੇਵਾ ਕਰਦੇ ਹੋ, ਅੱਛੇ ਬੱਚੇ ਪਾਲਦੇ ਹੋ, ਅੱਛੀ ਦੁਕਾਨਦਾਰੀ ਚੱਲ ਕਰਦੇ ਹੋ, ਇਹ ਰੱਬ ਦੇ ਗੁਣ ਨੇ ਸਾਡੇ ਵਿੱਚ। ਆਖੋ ਸਤਨਾ, ਰੱਬ ਦੇ ਗੁਣ ਆਪਣੇ ਨਹੀਂ ਹਨ, ਅਤੇ ਉਸ ਗੁਣਾਂ ਨੂੰ ਆਪਾਂ ਨੇ ਗਾਉਣਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਮੈਨੂੰ ਜਦੋਂ ਵੀ ਰੱਬ ਨਾ ਵਿਸਰੇ ਤਾਂ ਕਦੋਂ ਨਹੀਂ ਵਿਸਰੇਗਾ, ਜਦੋਂ ਮੈਨੂੰ ਉਹਦੇ ਗੁਣ ਯਾਦ ਰਹਿਣਗੇ। ਵਿਸਰ ਨਹੀਂ ਦਾਤਾਰ ਆਪਣਾ ਨਾਮ ਦਿਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਹੋ। ਜੇ ਮੈਂ ਸਵੇਰੇ ਉੱਠ ਕੇ ਵਾਹਿਗੁਰੂ ਵਾਹਿਗੁਰੂ ਕਰਦਾ ਹੋਵਾਂ ਤਾਂ ਦਿਨੇ ਮੇਰੇ ਇੱਥੋਂ ਮੈਥੋਂ ਅੱਛਾ ਕੰਮ ਹੋਵੇ ਤਾਂ ਮੈਂ ਕਹਿ ਦਿਆਂ ਇਹ ਤਾਂ ਮੈਂ ਕੀਤਾ ਜੀ, ਮੈਂ ਕੀਤਾ ਜੀ, ਮੈਂ ਕੀਤਾ ਜੀ ਕਰੀ ਜਾਵਾਂ। ਆਖੋ ਸਤਨਾਮ, ਜਬ ਤੱਕ ਮੇਰੀ ਮੇਰੀ ਕਰੇ ਤਬ ਤੱਕ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰਿਆ ਹੈ। ਜਬ ਤੱਕ ਜਾਣੇ ਮੁਝ ਤੇ ਕੱਛ ਹੋਏ ਤਬ ਇਸ ਕੋ ਸੁੱਖ ਨਹੀਂ ਕੋਏ, ਜਬ ਇਹ ਜਾਣੇ ਮੈਂ ਕਿਛ ਕਰਤਾ ਤਬ ਤੱਕ ਗਰਭ ਜੋਨ ਮੈਂ ਫਿਰਤਾ। ਆਖੋ ਸਦਨਾ, ਉਦੋਂ ਤੱਕ ਜਨਮ ਦੇ ਮਰਦੇ ਹੀ ਰਹਾਂਗੇ, ਮਨਮੁੱਖਾਂ ਨੂੰ ਫਿਰ ਜਨਮ ਹੈ। ਜੇ ਕੰਮ ਕਰਕੇ, ਚੰਗਾ ਕੰਮ ਕਰਕੇ ਮੇਰੀ ਰਸਨਾ ਤੋਂ ਨਿਕਲ ਗਿਆ ਕਿ ਮੈਂ ਕੁਝ ਕਰਤਾ, ਮੇਰਾ ਅਗਲਾ ਸਵਾਸ ਚਲਾ ਗਿਆ ਤਾਂ ਫਿਰ ਮੈਂ ਮਰੂੰਗਾ, ਫਿਰ ਜਨਮੂੰਗਾ। ਆਖੋ ਸਤਨਾਮ। ਕਹਿੰਦੇ ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੇ ਅਰ ਗਰਭ ਵਸੇਰਾ, ਮੈਂ ਮੁੜ ਕੇ ਜਨਮ ਨਾ ਲਵਾਂ, ਬਾਹਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਕਿਸੇ ਕਾ ਹੁਕਮ ਹੈ, ਬੁੱਧ ਸਮਾ ਲੈ। ਸੋ ਐ ਗੁਰਸਿੱਖੋ, ਮਹਾਰਾਜ ਕਹਿੰਦੇ ਭਾਈ ਆਹ ਗੁਰਸਿੱਖ ਲਿਓ। ਕਹਿੰਦੇ ਉਸ ਗੁਣਾਂ ਦੇ ਖਜ਼ਾਨੇ ਨੂੰ ਸਦਾ ਸੰਗੇ ਜਾਣੋ, ਉਹਦਾ ਅਰਥ ਤੁਹਾਡੇ ਸੰਗ ਰਹਿੰਦਾ, ਸਦਾ ਅੰਗ ਸੰਗੇ ਅਪੰਗੰਗ ਪੈ ਪੂਤੇ, ਉਹਦਾ ਅਰਥ ਹੈ ਕਿ ਐਸਾ ਨਹੀਂ ਸੀ ਕਿ ਰੱਬ ਕਿਤੇ ਹੋਰ ਚਲਾ ਗਿਆ ਸੀ ਜਦੋਂ ਤੁਸੀਂ ਚੰਗੇ ਕੰਮ ਕਰਦੇ ਸੀ, ਉਹਦਾ ਅਰਥ ਹੈ ਕਿ ਜਦੋਂ ਚੰਗੇ ਕੰਮ ਕੀਤੇ ਸੀ ਕਰਾਏ ਉਸਨੇ ਨੇ, ਉਹਦੇ ਕੀਤੇ ਨੂੰ ਅਸੀਂ ਆਪਣਾ ਕੀਤਾ ਕਿਉਂ ਕਹਿ ਦਈਏ, ਕਿਉਂ ਨਾ ਮੇਰਾ ਮਨ ਨੇ ਰੱਬ ਨੂੰ ਯਾਦ ਕੀਤਾ। ਨਹੀਂ ਤਾਂ ਕਹਿੰਦੇ ਮੇਰੀ ਮੇਰੀ ਕਰਤੇ ਜਨਮ ਗਏ। ਆਖੋ ਸਤਨਾ, ਮੇਰੇ ਮਨ ਤੋਂ ਮੈਂ ਨਹੀਂ ਮਿਟ ਰਹੀ, ਤੂੰ ਤੂੰ ਕਹਿਣ ਦਾ ਜ਼ਿਕਰ ਨਹੀਂ ਆ ਰਿਹਾ ਮਨ ਨੂੰ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ, ਕਹਿੰਦੇ ਉਹ ਮੇਰਾ ਰੱਬ ਕਹਿੰਦੇ ਸਰਬ ਗੁਣ ਜਗਦੀਸ਼ਰ ਹੈ, ਜਿਹੜਾ ਜੱਗ ਨੂੰ ਜੀਵਨ ਦੇਣ ਵਾਲਾ ਹੈ, ਉਹ ਸਰਬ ਗੁਣਾਂ ਦਾ ਸੰਪੰਨ ਹੈ ਭਾਈ। ਆਖੋ ਸਤਨਾ, ਜੇ ਇੱਕ ਵੀ ਗੁਣ ਹਨ, ਮਹਾਰਾਜ ਕਹਿੰਦੇ ਸਾਚੇ ਸਾਹਿਬ ਸਭ ਗੁਣ ਔਗਣ ਸਭ ਅਸਾਹਾ, ਔਗਣ ਮੇਰੇ ਨੇ, ਗੁਣ ਮੇਰੇ 'ਚ ਮੇਰੀ ਮਾਲਕ ਤੇਰੇ ਨੇ। ਆਖੋ ਸਤਨਾ, ਸਭ ਗੁਣ ਤੇਰੇ ਮੈਂ ਨਹੀਂ। ਸੱਚੇ ਪਾਤਸ਼ਾਹ ਕਹਿੰਦੇ ਨੇ ਮਨ ਮੋਹੇ ਲੀਨਾ ਚਰਨ ਸੰਗੇ ਨਾਮ ਰਸ ਜਨ ਮਨ ਜਨ ਮਾਤੇ। ਮਹਾਰਾਜ ਕਹਿੰਦੇ ਐ ਮੇਰੇ ਮਨ, ਤੂੰ ਮੋਹ ਵਿੱਚ ਆਪਣੇ ਆਪ ਨੂੰ ਜਿਸ ਵੇਲੇ ਸੰਸਾਰ ਦੇ ਮੋਹ ਵਿੱਚ ਹੋਣਾ ਤੂੰ ਫਸ ਜਾਂਦਾ, ਜਦ ਰੱਬ ਤੈਨੂੰ ਮੋਹ ਲੈਂਦਾ ਨਾ, ਰੱਬ ਤੈਨੂੰ ਪਿਆਰਾ ਲੱਗਣ ਲੱਗ ਜਾਂਦਾ ਨਾ, ਕਹਿੰਦੇ ਤੂੰ ਉਹਦੇ ਚਰਨਾਂ ਦੇ ਨਾਲ ਉਹਦਾ ਨਾਮ ਦਾ ਰਸ ਲੈਣ ਲੱਗ ਜਾਂਦਾ। ਆਖੋ ਸਤਨਾ, ਚਰਨ ਪਤਾ ਕਿਹਨੂੰ ਕਹਿੰਦੇ ਨੇ ਜੀ? ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬੰਧਿਓ ਪਾਲ। ਅਸੀਂ ਕਹਿੰਦੇ ਗੁਰੂ ਜੀ ਦੇ ਚਰਨਾਂ ਨਾਲ ਜੁੜਿਓ, ਉਹਦਾ ਤਾਂ ਗੁਰੂ ਜੀ ਦੇ ਸ਼ਬਦਾਂ ਨਾਲ ਜੁੜਿਓ। ਅਸੀਂ ਕਹਿੰਦੇ ਗੁਰੂ ਜੀ ਦੇ ਚਰਨ ਮੇਰੇ ਹਿਰਦੇ 'ਚ ਵੱਸ ਗਏ ਜੀ, ਉਹਦਾ ਅਰਥ ਗੁਰੂ ਜੀ ਦੇ ਸ਼ਬਦ ਮੇਰੇ ਹਿਰਦੇ 'ਚ ਵੱਸ ਗਏ ਜੀ। ਜਿਵੇਂ ਪੈਰਾਂ ਨਾਲ ਬਾਹਰ ਤੁਰੀਂਦਾ ਨਾ ਜੀ, ਐਂ ਸ਼ਬਦਾਂ ਨਾਲ ਅੰਦਰ ਤੁਰੀਂਦਾ ਭਾਈ। ਆਖੋ ਸਤਨਾ, ਅੰਦਰਲੀ ਯਾਤਰਾ ਬਹੁਤ ਵੱਡੀ ਹੈ, ਉੱਥੇ ਸ਼ਬਦਾਂ ਤੋਂ ਬਿਨਾਂ ਤੁਰਿਆ ਨਹੀਂ ਜਾਂਦਾ ਅੰਦਰ। ਧਿਆਨ ਰੱਖਣਾ, ਸ਼ਬਦ ਸਾਨੂੰ ਜਿੱਥੋਂ ਜਿਸ ਘਰੋਂ ਆਉਂਦੇ ਉਸ ਘਰ ਲੈ ਜਾਂਦੇ ਨੇ, ਹੈ ਨਾ, ਜਿਸ ਕੀ ਬਾਣੀ ਤੇ ਸਮਾਹੇ ਸਮਾਣੀ। ਮਹਾਰਾਜ ਕਹਿੰਦੇ ਭਾਈ
ਉਹ ਰੱਬ ਜਿਹੜਾ ਤੁਹਾਡੇ ਸਾਡੇ ਵਿੱਚ ਵੱਸਦਾ ਸਾਨੂੰ ਮੋਹ ਲੈਂਦਾ ਨਾ ਜਿਸ ਵੇਲੇ, ਕਹਿੰਦੇ ਆਪਣੇ ਚਰਨਾਂ ਨਾਲ ਜੋੜ ਲੈਂਦਾ ਅਤੇ ਉਹਦੇ ਨਾਮ ਦਾ ਫਿਰ ਰਸ ਹਰ ਜਨ ਮੱਤਦਾ, ਉਹਦੇ ਮੱਤ ਵਿੱਚ ਉਹਦਾ ਰਸ ਆਉਣ ਲੱਗ ਜਾਂਦਾ। ਕਹਿੰਦੇ ਸੰਗੇ, ਕਹਿੰਦੇ ਚਰਨ ਸੰਗੇ ਨਾਮ ਰਸ ਜਨ ਮਾਤੇ, ਇੱਕ ਹੁੰਦਾ ਨਾ ਮੱਤੇ ਕੰਨਾਂ ਲਾ ਦਿਓ ਮਾਤੇ, ਰੱਤੇ ਕੰਨਾਂ ਲਾ ਦਿਓ ਰਾਤੇ, ਸੱਚ ਕੰਨਾਂ ਲਾ ਦਿਓ ਸਾਚ, ਸੱਚੇ ਕੰਨਾਂ ਲਾ ਦਿਓ ਸਾਚੇ, ਹੈ ਨਾ ਕੰਨਾਂ ਲਾਈ ਜਾਂਦੇ ਕਿ ਤੂੰ ਆਪ ਉਹਦੇ ਵਿੱਚ ਹੁੰਦਾ ਭਾਈ। ਆਖੋ ਸਤਨਾ, ਇਤਨਾ ਸੰਗੀ ਹੈ, ਜੇ ਮੈਂ ਬੋਲਦਾ ਤਾਂ ਤੂੰ ਬੁਲਾਉਣਾ, ਮੈਂ ਦੇਖਦਾ ਤਾਂ ਤੂੰ ਦਿਖਾਉਣਾ, ਜੇ ਮੈਂ ਸਵਾਸ ਲੈਣਾ ਤੂੰ ਦਿੰਦਾ, ਜੇ ਮੈਂ ਬੈਠਾ ਤਾਂ ਤੈਂ ਬਿਠਾਇਆ, ਜੇ ਮੈਂ ਚੱਲ ਰਿਹਾ ਤਾਂ ਤੂੰ ਚਲਾ ਰਿਹਾ, ਜੇ ਮੈਂ ਰਹਿੰਦਾ ਤਾਂ ਤੂੰ ਮੈਨੂੰ ਰੱਖਦੇ, ਹੈ ਨਾ ਕਿੰਨਾ ਸੰਗ ਹੈ। ਇਹ ਸੰਗ ਨਹੀਂ ਤੋੜਨ ਦੇਣਾ ਭਾਈ, ਆਖੋ ਸਤਨਾ, ਇਹ ਨਹੀਂ ਟੁੱਟਣ ਦੇਣਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਐਸੀ ਅਵਸਥਾ, ਹੁਣ ਅਖੀਰਲੀ ਲਾਈਨ ਸੁਣਿਓ, ਕਹਿੰਦੇ ਨਾਨਕ ਪ੍ਰੀਤਮ ਕਿਰਪਾਲ ਸਤਹੂੰ, ਟਿੱਪੀ ਲਾ ਕੇ, ਇੱਕ ਹੁੰਦਾ ਹੂ, ਇੱਕ ਹੁੰਦਾ ਹੂੰ, ਇੱਕ ਹੁੰਦਾ ਤੂੰ, ਇੱਕ ਹੁੰਦਾ ਤੂੰ। ਦੇਖੋ ਕਬੀਰ ਸਾਹਿਬ ਦਾ ਸ਼ਬਦ ਸੁਣਾ ਰਹੇ, ਕਬੀਰ ਤੂੰ ਟਿੱਪੀ ਲਾ ਰਹੇ, ਤੂੰ ਤੂੰ ਕਰਤਾ, ਹੁਣ ਅੱਗੇ ਮੈਂ ਟਿੱਪੀ ਨਹੀਂ ਲਾਵਾਂਗਾ, ਤੂੰ ਹੂਆ ਮੁਜਮੇ ਰਹਾ ਨਾ ਹੂੰ, ਜਬ ਆਪਾਂ ਪਰਕਾ ਮਿਟ ਗਿਆ, ਟਿੱਪੀ ਨਹੀਂ ਲਾਵਾਂਗਾ, ਜਦ ਦੇਖਾਂ ਤਤ ਤੂੰ, ਟਿੱਪੀ ਨਹੀਂ ਲਾ ਰਹੇ। ਲੋਕ ਆਪਣੀ ਮਰਜ਼ੀ ਨਾਲ ਟਿੱਪੀਆਂ ਲਾਈ ਜਾਂਦੇ ਨੇ, ਟਿੱਪੀ ਮਹਾਰਾਜ ਕਹਿੰਦੇ ਅੱਖਰ ਲਿਖੇ ਸਹੀ ਗਾਵਾਂ ਅਵਰ ਨਾ ਜਾਣਾ ਬਾਣੀ, ਜਿੱਥੇ ਟਿੱਪੀ ਲੱਗ ਜਾਏ ਨਾ ਜੀ ਉਹਦੀ ਕਿਰਿਆ ਪੂਰੀ ਹੁੰਦੀ ਹੈ, ਕਰਾਉਣ ਲੱਗ ਜਾਂਦਾ ਉੱਤੇ। ਜਿਵੇਂ ਮਨ ਨੂੰ ਟਿੱਪੀ ਲਾ ਦਿਓ ਮਨ, ਕੰਨ ਨੂੰ ਟਿੱਪੀ ਲਾ ਦਿਓ ਕੰਨ, ਦੇ ਕੰਨ ਸੁਣੋ ਅਰਦਾਸ ਜੀ, ਉਹ ਹੈ ਨਾ ਟਿੱਪੀ ਲਾ ਦਿਓ, ਉਹਦੀ ਕਿਰਿਆ ਪੂਰੀ ਹੋ ਜਾਂਦੀ ਹੈ। ਜਿੱਥੇ ਮੈਂ ਹਾਂ ਅਤੇ ਤੂੰ ਹੈ ਉੱਥੇ ਟਿੱਪੀ ਲਾ ਕੇ ਨਹੀਂ ਬੋਲ ਰਹੇ, ਜਿੱਥੇ ਫਿਰ ਮੈਂ ਨਹੀਂ ਹੈ ਤੂੰ ਹੀ ਮੈਂ ਹੋ ਕੇ ਵਰਤੋਂ, ਤਾਂ ਮੈਂ ਟਿੱਪੀ ਲਾ ਕੇ ਵਰਤ, ਤੂੰ ਤੂੰ ਕਰਤਾ ਤੂੰ ਹੂਆ, ਆਖੋ ਸਤਨਾ। ਗੱਲ ਸਮਝ ਆਈ ਜੀ, ਟਿੱਪੀਆਂ ਐਂ ਲੱਗਦੀਆਂ, ਆਪਣੇ ਮਰਜ਼ੀ ਨਾਲ ਟਿੱਪੀਆਂ ਨਾ ਲਾਇਓ। ਬਹੁਤ ਸਾਰੇ ਮਿਸ਼ਨਰੀ ਆਪਣੀ ਮਰਜ਼ੀ ਨਾਲ ਲਾਈ ਜਾ ਰਹੇ ਨੇ, ਨਾ ਲਾਓ, ਪਲੀਜ਼ ਨਾ ਲਾਓ। ਮਹਾਰਾਜ ਨੇ ਬਹੁਤ ਸੁੰਦਰ ਬਾਣੀ ਰਚੀ ਹੈ, ਬਾਣੀ ਖੋਜੋ। ਸੱਚੇ ਪਾਤਸ਼ਾਹ ਕਹਿੰਦੇ ਹਨ ਭਾਈ, ਕਹਿੰਦੇ ਨਾਨਕ ਪ੍ਰੀਤਮ ਕਿਰਪਾਲ ਸਤਹੂੰ, ਹਮੇਸ਼ਾ ਜਿੱਥੇ ਮੈਂ ਨਹੀਂ ਫਿਰ ਵੀ ਤੂੰ ਹੈ, ਆਖੋ ਸਤਨਾ, ਹੈ ਨਾ। ਮਹਾਰਾਜ ਕਹਿੰਦੇ ਸਤਹੂੰ ਕਿਨੈ ਕੋਟ ਮਦੇ ਜਾਂਤੇ, ਕਹਿੰਦੇ ਬਹੁਤ ਵਿਰਲਿਆਂ ਨੇ ਜਾਣਿਆ, ਐਸਾ ਜੱਗ ਮੈਂ ਉੱਤਮ ਕਾਟੀਏ ਵਿਰਲੇ ਗਈ। ਸੋ ਅੱਜ ਇੱਥੇ ਸ਼ਬਦ ਦੀ ਸਮਾਪਤੀ, ਪਹਿਲਾ ਛੰਦ ਪੂਰਾ ਹੋਇਆ, ਸੁਰ ਆਰੰਭ ਹੈ ਹਾਲੇ, ਅੱਗੇ ਤਾਂ ਦੂਸਰੀ ਅਵਸਥਾ ਆਉਣੀ ਹੈ, ਫਿਰ ਤੀਜੀ ਆਉਣੀ, ਚੌਥੀ ਆਉਣੀ ਹੈ। ਤਾਂ ਪਹਿਲੀ ਅਵਸਥਾ ਵਿੱਚ ਅੱਜ ਆਪਾਂ ਨੇ ਇਹ ਸਿੱਖਿਆ ਕਿ ਜਿਹੜਾ ਆਪਣੇ ਨਾਲ ਰਹਿੰਦਾ ਉਹਨੂੰ ਆਪਣੇ ਨਾਲ ਰੱਖ ਕੇ ਉਹਦੇ ਨਾਲ ਗੱਲ ਕਰਨੀ ਅਤੇ ਆਪਣੇ ਆਪ ਨੂੰ ਜਣਾਉਣਾ ਨਹੀਂ, ਅਤੇ ਜਿਹੜਾ ਰਹਿੰਦਾ ਰੱਖਦਾ ਉਹਨੇ ਉਹਨੂੰ ਹਮੇਸ਼ਾ ਯਾਦ ਰੱਖਣਾ। ਆਹ ਪਹਿਲਾ ਸਬਕ ਹੈ ਅੱਜ ਦਾ ਭਾਈ, ਆਖੋ ਸਤਨਾ। ਜਦੋਂ ਪੜ੍ਹੋ ਪੜ੍ਹਾਉਣ ਵਾਲੇ ਨੂੰ ਪੜ੍ਹਿਓ, ਜਦੋਂ ਬੋਲੋ ਤਾਂ ਬੁਲਾਉਣ ਵਾਲੇ ਦਾ ਅਦਬ ਰੱਖ ਕੇ ਬੋਲਿਓ, ਜੇ ਤੁਸੀਂ ਕਿਸੇ ਦੀ ਕੰਮ ਕਰੋ ਤਾਂ ਕਰਾਉਣ ਵਾਲੇ ਦਾ ਅਦਬ ਰੱਖ ਕੇ ਕਰਿਓ। ਕਿਤੇ ਭੁੱਲ ਕੇ ਕਰਕੇ ਨਾ ਕਹਿ ਦਿਓ ਮੈਂ ਕੀਤਾ ਸੀ, ਉਹਨੂੰ ਕਰਾਉਣ ਵਾਲੇ ਨੂੰ ਭੁਲਾ ਕੇ ਨਾ ਬੋਲਿਓ, ਆਖੋ ਸਤਨਾ। ਸੋ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਬੇਅਦਬੀਆਂ ਤਰੁੱਟੀਆਂ ਰਹਿ ਗਈਆਂ ਹਨ, ਜਿੰਜਾਨ ਬੱਚੇ ਸਮਝ ਕੇ ਮਾਫ਼ ਕਰਨਾ। ਸੰਗਤ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਣ ਯੋਗ ਹੈ, ਅੰਤਲਾ ਸ਼ਬਦ ਪੜ੍ਹ ਕੇ ਸਮਾਪਤ ਕਰਾਂਗੇ ਜੀ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁੱਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਭੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਏ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਪਰੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀ, ਬਹੁਤ ਹੀ ਸਤਿਕਾਰਯੋਗ ਐਡਵੋਕੇਟ ਡਾਕਟਰ ਭਾਈ ਈਸ਼ਰ ਸਿੰਘ ਜੀ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਾਲੇ, ਤਿਨ੍ਹਾਂ ਦੀ ਰਸਨਾ ਤੋਂ ਆਪ ਸਭ ਸੰਗਤ ਨੇ ਗੁਰਬਾਣੀ ਕਥਾ ਵਿਚਾਰ ਸ਼੍ਰਵਣ ਕੀਤੀ ਹੈ। ਦਾਸ ਭਾਈ ਸਾਹਿਬ ਬਾਰੇ ਆਪ ਜੀ ਦੇ ਨਾਲ ਕੁਝ ਕੁ ਜਾਣਕਾਰੀ ਸਾਂਝੀ ਕਰਨੀ ਚਾਹੁੰਦਾ ਹੈ। ਸੋ ਭਾਈ ਸਾਹਿਬ ਦਾ ਰੋਜ਼ਾਨਾ ਦਾ ਜੋ ਸਮਾਂ ਹੈ,
11 ਵਜੇ ਤੋਂ ਲੈ ਕੇ 12 ਵਜੇ ਤੱਕ ਦਾ ਹੈ। ਸੋ 15 ਦਿਨ ਦੇ ਕਰੀਬ ਭਾਈ ਸਾਹਿਬ ਨੇ ਆਪਣੇ ਕੋਲ ਹਾਜ਼ਰੀ ਭਰਨੀ ਹੈ। ਸਾਹਿਬੇ ਕਮਾਲ ਧੰਨ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਮਹਾਰਾਜ ਜੀ ਨੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਿੱਥੇ ਖਾਲਸਾ ਪੰਥ ਨੂੰ ਵਿੱਦਿਆ ਪੜ੍ਹਾਈ ਹੈ, ਜਿਸ ਦੇ ਬਾਬਤ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਬਚਨ ਆਉਂਦੇ ਨੇ, 9 ਮਹੀਨੇ ਤੇ 9 ਦਿਨ ਹੈ, ਤਲਵੰਡੀ ਰੱਖੇ ਮੁਕਾਮ, ਡੇਰਾ ਤੋਰਾ ਤੁਰ ਦੱਖਣ, ਛੱਡ ਤੁਰਕਨ ਵੱਡ ਥਾਨ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਕਰਤਾ ਜੀ ਸ਼ਹੀਦ ਭਾਈ ਰਤਨ ਸਿੰਘ ਭੰਗੂ ਜੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਗੁਰੂ ਕਲਗੀਧਰ ਮਹਾਰਾਜ ਜੀ ਨੇ ਤਲਵੰਡੀ ਸਾਬੋ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ 9 ਮਹੀਨੇ 9 ਦਿਨ 9 ਘੜੀਆਂ 9 ਪਲ ਨਿਵਾਸ ਰੱਖ ਕੇ ਖਾਲਸਾ ਪੰਥ ਨੂੰ ਵਿੱਦਿਆ ਪੜ੍ਹਾਈ ਹੈ। ਉਸ ਪਾਵਨ ਅਸਥਾਨ ਦੇ ਕੋਲ ਹੀ ਮਹਾਂਪੁਰਖ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ, ਉਹਨਾਂ ਦੀ ਯਾਦ ਦੇ ਵਿੱਚ ਬੁੰਗਾ ਬਣਿਆ ਹੈ, ਜਿੱਥੇ ਬੇਅੰਤ ਵਿਦਿਆਰਥੀ ਵਿੱਦਿਆ ਪ੍ਰਾਪਤ ਕਰਦੇ ਨੇ ਅਤੇ ਉਹਨਾਂ ਨੂੰ ਵਿੱਦਿਆ ਪੜ੍ਹਾਉਣ ਦੀ ਜੋ ਸੇਵਾ ਹੈ ਭਾਈ ਈਸ਼ਰ ਸਿੰਘ ਜੀ ਨਿਭਾਉਂਦੇ ਨੇ, ਗੱਤਕੇ ਦੀ ਸਿਖਲਾਈ ਦਿੰਦੇ ਨੇ ਔਰ ਭਾਈ ਸਾਹਿਬ ਆਪ ਗੱਤਕਾ ਚੈਂਪੀਅਨ ਹਨ, ਗੱਤਕੇ ਦੇ ਮਾਸਟਰ ਹਨ। ਸੋ ਭਾਈ ਸਾਹਿਬ ਜੀ ਦਾ ਆਪ ਸਭ ਸੰਗਤ ਵੱਲੋਂ ਗੁਰਦੁਆਰਾ ਸਾਹਿਬ ਦੀ ਸਮੂਹ ਪ੍ਰਬੰਧਕ